ਚਲੋ ਅੱਜ ਆ ਚੱਕਦੇ ਹਾਂ ਨਵੇਂ ਕੇਸ ਲਾਉਣੇ ਆ ਡਿਊਟੀ ਆ ਜਾਂਦੇ ਸਰ ਨੂੰ ਵੀ ਪੁੱਛਦੇ ਹਾਂ ਵੀ ਹੋਰ ਕਿੱਥੇ ਕਿੱਥੇ ਡਿਊਟੀਆਂ ਲਵਾਈਏ। ਅੱਜ ਲੇਟ ਨਹੀਂ ਹੋ ਗਈ ਸੋਨੀ? ਅਜੇ ਤੱਕ ਆਈ ਨਹੀਂ ਹੈਗੀ, ਅਜੇ ਤਾਂ ਟਾਈਮ ਨਾਲ ਹੀ ਆ ਜਾਂਦੀ ਸੀ। ਚੱਲ ਕੋਈ ਨਹੀਂ, ਆਉਂਦੀ ਹੋਊਗੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੋਨੀ, ਅੱਜ ਕੀ ਗੱਲ ਲੇਟ ਹੋ ਗਈ? ਬਸ ਲੇਟ ਹੋ ਗਈ, ਤਿਆਰ ਹੁੰਦੇ ਹੁੰਦੇ ਰਸਤੇ ਦੇ ਵਿੱਚ ਥੋੜਾ ਜਿਹਾ ਕੰਮ ਸੀਗਾ ਮੈਨੂੰ, ਤਾਂ ਕਰਕੇ ਲੇਟ। ਘਰੇ ਸਾਰੇ ਠੀਕ ਨੇ? ਹਾਂਜੀ ਸਾਰੇ ਠੀਕ ਨੇ। ਚਲੋ ਚੰਗੀ ਗੱਲ ਹੈ। ਤੁਸੀਂ ਸੁਣਾਓ ਜੀ ਆਪਣਾ ਹਾਲ? ਵਧੀਆ ਵਧੀਆ, ਹਾਲ ਚਾਲ ਵਧੀਆ ਹੈਗਾ। ਗਰਮੀ ਤਾਂ ਖੈਰ ਬਹੁਤ ਪੈ ਰਹੀ ਹੈ, ਕੀ ਕਰੀਏ ਫਿਰ, ਸਰਦਾ ਨਹੀਂ ਹੈਗਾ। ਹਾਂਜੀ ਗਰਮੀ ਬਹੁਤ ਜ਼ਿਆਦਾ ਹੋਈ ਹੈ। ਸਾਰਾ ਆਏ ਨਹੀਂ ਜੀ ਅੱਜ? ਆਏ ਨਹੀਂ ਹੈਗੇ ਸਰ, ਥੋੜਾ ਜਿਹਾ ਕੰਮ ਸੀਗਾ, ਡਿਊਟੀ ਹੈ ਉਹਨਾਂ ਦੀ। ਅੱਛਾ ਹਾਂ ਠੀਕ ਹੈ ਜੀ। ਤੇ ਬਸ ਫਿਰ ਮੈਂ ਹੈਗਾ ਹਜੇ ਆਪਦੀ ਹਾਜ਼ਰੀ ਹੁਜ਼ੂਰੀ ਲਾ ਕੇ, ਮੈਂ ਤਾਂ ਯਾਦ ਹੀ ਕਰ ਰਹੀ ਸੀ। ਅੱਛਾ ਜੀ, ਚਲੋ ਚੰਗੀ ਗੱਲ ਹੈ ਜੀ, ਤੁਸੀਂ ਪਿਆਰ ਬਹੁਤ ਕਰਦੇ ਹੋ ਜੀ, ਤਾਂ ਕਰਕੇ ਮੈਨੂੰ ਯਾਦ ਕਰ। ਆਪਣਾ ਸਟਾਫ ਨੂੰ ਪਿਆਰ ਕਰਨਾ ਤਾਂ ਚੰਗੀ ਗੱਲ ਹੈ। ਹਾਂਜੀ ਹਾਂਜੀ, ਆਪਣੀ ਡਿਊਟੀ ਬਣਦੀ ਹੈ। ਤੇ ਸੱਚੋ ਉਹ ਸੋਨੀ, ਮੈਂ ਤੁਹਾਨੂੰ ਦੱਸ ਹੀ ਦੇਵਾਂ, ਐਂ ਕਹਿੰਦੇ ਸੀਗੇ ਸਰ ਵੀ 10 ਦਿਨ ਤੇਰੀ ਡਿਊਟੀ ਬਾਹਰ ਲਾਉਣੀ ਹੈਗੀ। ਬਾਹਰ ਲਾਉਣੀ ਹੈ? ਹਾਂ ਹਾਂ, ਕੰਮ ਸੀਗਾ ਨਾ ਇੱਕ ਦੋ ਥਾਈ ਛਾਪੇਮਾਰੀ ਜੀ ਕਰਨੀ ਹੈਗੀ, ਤੇ ਚੱਲ ਐਂ ਸੀਗਾ ਵੀ ਤੁਹਾਨੂੰ ਭੇਜ ਦਿੰਦੇ, ਕਿਉਂਕਿ ਇੱਥੋਂ ਵਾਲੀ ਕਮਾਂਡ ਸਾਡੇ ਕੋਲ ਹੈਗੀ ਹੈਗੀ ਹੈ, ਤੁਹਾਨੂੰ ਪਤਾ ਹੀ ਹੈਗਾ। ਠੀਕ ਹੈ ਜੀ, ਉਹ ਤਾਂ ਕੋਈ ਗੱਲ ਨਹੀਂ ਜੀ, ਡਿਊਟੀ ਤਾਂ ਮੇਰੀ ਜਿੱਥੇ ਮਰਜ਼ੀ ਲਾ ਦਿਓ ਜੀ। ਹਾਂ ਪਰ ਮੈਂ ਐਂ ਕਹਿੰਦੀ ਸੀ ਤੁਹਾਨੂੰ 1.5 ਮਹੀਨਾ ਜਾਂ ਲੰਘਾ ਦਿੰਦੇ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਜੀ, ਮੈਨੂੰ ਬੱਚਿਆਂ ਦਾ ਔਖਾ ਹੋ ਜਾਂਦਾ। ਉਹ ਤਾਂ ਦੇਖੋ ਜਿਵੇਂ ਸਾਰਾ ਆਰਡਰ ਕਰਨਗੇ ਆਪਾਂ ਨੂੰ ਤਾਂ ਉਹਦਾ ਹੀ ਪਾਲਣਾ ਕਰਨੀ ਪੈਣੀ ਆ, ਤੁਸੀਂ ਵੀ ਸਮਝਦਾਰ ਹੋ। ਹਾਂਜੀ ਉਹ ਤਾਂ ਠੀਕ ਹੈ, ਬਾਕੀ ਉਹਦੇ ਨੇੜੇ ਸੀ ਜੀ, ਮੈਂ ਤਾਂ ਕਰਕੇ। ਉਹ ਤਾਂ ਹੁਣ ਤੁਹਾਡੀ ਗੱਲ ਸਹੀ ਹੈ, ਐ ਨਹੀਂ ਪਤਾ ਚੱਕ ਕੇ ਮੈਨੂੰ ਕਿੱਥੇ ਕਹਿ ਦੇਣ ਕਿ ਉੱਥੇ ਡਿਊਟੀ ਕਰੋ, ਫਿਰ ਮੈਂ ਜਵਾਬ ਨਹੀਂ ਨਾ ਦੇ ਸਕਦੀ। ਹਾਂਜੀ ਜਵਾਬ ਤਾਂ ਨਹੀਂ ਦੇ ਸਕਦੇ, ਬਾਕੀ ਚਲੋ ਮੈਂ ਜੀਜੂ ਨੂੰ ਕਹਿ ਦੂੰਗੀ। ਹਾਂ ਇੰਨਾ ਵੀ ਹੈਗਾ, ਤੁਹਾਡੀ ਤਾਂ ਚੱਲਦੀ ਹੈਗੀ। ਹਾਂਜੀ ਉਹ ਕਰਵਾ ਲੈਣਗੇ। ਹਾਂਜੀ ਇੱਧਰ ਡਿਊਟੀ, ਹਾਂ ਉਹਨਾਂ ਨੂੰ ਕਹਿ ਦੋਗੇ ਤਾਂ ਤੁਹਾਡੀ ਉਹ ਹੈ ਜੀ। ਬਾਕੀ ਮੇਰੇ ਕੋਲ ਤਾਂ ਹੁਣ ਇਹੀ ਵੀ ਇਹ ਕਿਹਾ ਸੀਗਾ ਵੀ ਚੱਲ ਤੁਸੀਂ ਆਉਂਦੇ ਸਾਰ ਉਹਨਾਂ ਨੂੰ ਇਹ ਗੱਲ ਜ਼ਰੂਰ ਕਹਿ ਦਿਓ। ਨਹੀਂ ਤੁਹਾਡਾ ਤਾਂ ਫਰਜ਼ ਬਣਦਾ, ਚਲੋ ਚੰਗੀ ਗੱਲ ਹੈ ਤੁਸੀਂ ਮੈਨੂੰ ਦੱਸਤਾ ਜੀ। ਤੇ ਪਰ ਮੈਂ ਐਮਐਲਏ ਸਾਹਿਬ ਨਾਲ ਗੱਲ ਕਰ ਲੂੰਗੀ, ਮੈਨੂੰ 1 ਮਹੀਨਾ ਕੁ ਵਾਸਤੇ ਇੱਥੇ ਲਵਾ ਦਿਓ ਡਿਊਟੀ। ਉਹੀ ਤਾਂ ਹੈ, ਤੁਹਾਡੇ ਤੇ ਜ਼ਿਆਦਾ ਗੂੜੇ ਰਿਸ਼ਤੇਦਾਰੀ ਹੈ ਨਾ, ਕਰ ਸਕਦੇ ਹੋ ਇਹ ਚੀਜ਼ਾਂ। ਹਾਂਜੀ ਹਾਂਜੀ, ਐਂ ਤਾਂ ਜੀਜੂ ਜਵਾਬ ਨਹੀਂ ਦਿੰਦੇ ਜੀ, ਮੈਂ ਜਿਵੇਂ ਮਰਜ਼ੀ ਕਹਿ ਦਿਆਂ ਜੀ ਡਿਊਟੀ ਤਾਂ ਲਵਾ ਦਿੰਦੇ ਨੇ ਜੀ, ਕਿਉਂਕਿ ਬਾਕੀ ਵਿਸ਼ਵਾਸ ਵੀ ਬਹੁਤ ਜ਼ਿਆਦਾ ਕਰਦੇ ਨੇ। ਹਾਂਜੀ ਤੁਹਾਡੇ ਤੇ ਵਿਸ਼ਵਾਸ ਤਾਂ ਬਹੁਤ ਕਰਦੇ ਨੇ ਜੀ। ਨਹੀਂ ਵਿਸ਼ਵਾਸ ਕਰਕੇ ਆਪਾਂ ਡਿਊਟੀਆਂ ਲਾ ਰੱਖੀਆਂ, ਨਹੀਂ ਤਾਂ ਅੱਜ ਨੂੰ ਪਤਾ ਨਹੀਂ ਜੇ ਆਪਾਂ ਸਹੀ ਢੰਗ ਨਾਲ ਡਿਊਟੀ ਕਰਾਂਗੇ ਤਾਂ ਬੈਠੇ ਆ, ਨਹੀਂ ਐ ਨਹੀਂ ਪਤਾ ਕਿੱਥੇ ਵੱਜਦੇ ਆਂਗੇ। ਹਾਂਜੀ ਸਹੀ ਗੱਲ ਹੈ, ਕਿਹੜੇ ਪਾਸੇ ਧੱਕਦੇ ਨਾ ਆਪਾਂ ਨੂੰ ਵੀ ਜਾਓ ਉੱਥੇ ਜਾਓ, ਹੈਨਾ। ਹਾਂਜੀ ਇਨਸਾਨ ਬਹੁਤ ਚੰਗੇ ਨੇ ਜੀ, ਐਮਐਲਏ ਸਾਹਿਬ ਬਹੁਤ ਵਧੀਆ ਨੇ, ਬਹੁਤ ਬਹੁਤ ਹੀ ਵਧੀਆ ਹੈਗੇ, ਹਰ ਇੱਕ ਦਾ ਪੱਖ ਲੈਂਦੇ ਆ, ਗੱਲਬਾਤ ਸੁਣਦੇ ਆ। ਹਾਂਜੀ ਹਾਂਜੀ, ਜਿੱਥੇ ਕੋਈ ਲੋੜ ਆ ਉੱਥੇ ਵੀ ਜਾ ਕੇ ਪੈਸਾ ਟਕਾ ਵੰਡਦੇ ਆ, ਇਹੋ ਜੀ ਗੱਲ ਨਹੀਂ ਹੈਗੀ। ਹਾਂਜੀ ਨਹੀਂ, ਗਰੀਬਾਂ ਲਈ ਬਹੁਤ ਸੋਚਦੇ ਆ ਜੀ, ਬਹੁਤ ਗਰੀਬ ਲੜਕੀਆਂ ਲਈ। ਹਾਂ ਇੱਕ ਗੱਲ ਆ, ਆਪਾਂ ਸਾਰਿਆਂ ਨੇ ਇੱਕੋ ਮੁਹਿੰਮ ਤੋਰੀ ਹੈ ਵੀ ਆਪਾਂ ਆਹ ਚਿੱਟਾ ਜਿਹੜਾ ਪੰਜਾਬ ਚੋਂ ਖਤਮ ਕਰਨਾ ਹੈਗਾ। ਹਾਂਜੀ ਇਹਦਾ ਬਹੁਤ ਜ਼ਿਆਦਾ ਵਧਿਆ ਪਿਆ ਜੀ, ਬਹੁਤ ਜ਼ਿਆਦਾ ਕਹਿਰ ਹੈ ਜੀ, ਇਹ ਕੋਈ ਗੱਲ ਨਹੀਂ, ਇਹ ਤਾਂ ਆਪਾਂ ਕਰਾਂਗੇ ਜੀ, ਐਮਐਲਏ ਸਾਹਿਬ ਨੂੰ ਕਹੀਏ ਜੀ ਕਰਨਗੇ। ਇਹਦੇ ਵਿੱਚ ਤਾਂ ਆਪਾਂ ਹੋ ਸਕਿਆ ਹੋਰ ਦੀ ਵੀ ਡਿਊਟੀਆਂ ਲਾਈਏ ਨਾ, ਚੰਗੀ ਗੱਲ ਹੈ ਜੀ। ਹਾਂਜੀ ਠੀਕ ਹੈ ਨਾ, ਕਿਉਂਕਿ ਉਹੀ ਗੱਲ ਹਨਾ ਜੀ, ਮਾਮਾ ਦੇ ਪੁੱਤ ਚਲੇ ਜਾਂਦੇ ਨੇ, ਬੜਾ ਕਿਸੇ ਘਰ ਵਾਲੇ ਚਲੇ ਜਾਂਦੇ ਨੇ, ਕਿਸੇ ਦੇ ਭਰਾ ਚਲੇ ਜਾਂਦੇ ਨੇ ਜੀ, ਰਿਸ਼ਤੇਦਾਰੀਆਂ ਹੀ ਨਹੀਂ ਰਹਿੰਦੀਆਂ ਜੀ, ਬੁਰਾ ਹਾਲ ਹੈ। ਚਲੋ ਠੀਕ ਹੈ ਜੀ, ਇਹ ਤਾਂ ਹੁੰਦੇ ਰਹਿੰਦੇ ਨੇ ਜੀ, ਤਾਂ ਬਾਕੀ ਨਸ਼ੇ ਪੱਤੇ ਤਾਂ ਹੁਣ ਇਹਦਾ ਖਤਮ ਹੀ ਨਹੀਂ ਹੋ ਰਿਹਾ ਜੀ, ਬਹੁਤ ਕੋਸ਼ਿਸ਼ਾਂ ਕਰਦੇ ਆਪਾਂ। ਸਹੀ ਗੱਲ ਹੈ, ਤੇ ਮੈਂ ਹੁਣ ਚੱਲਦੀ ਆ ਜੀ। ਠੀਕ ਹੈ ਹਾਂਜੀ, ਨਾਲੇ ਮੈਂ ਗੱਲਬਾਤ ਕਰ ਲੂੰਗੀ ਜੀ ਜੀਜੂ ਨਾਲ। ਹਾਂ ਹਾਂ ਤੁਸੀਂ ਧਿਆਨ ਚ ਕਰਾ ਦਿਓ ਇਧਰ। ਠੀਕ ਹੈ ਜੀ ਠੀਕ ਹੈ, ਚਲ ਇਹ ਵੀ ਆ ਗਈ, ਬਾਕੀ ਦੇਖਦੇ ਆ ਅਗਲਾ ਕੰਮ।
ਆ ਪਿਆ ਨਾ ਸੁਣਾ ਬਚਨ ਗੱਲ ਸੁਣ ਲਾ ਇਕੱਠਾ ਹੋ ਜਾ ਹਾਂ ਹਾਂ ਮਾਂ ਬੋਲਦਾ ਤਾਂ ਬਸਾਰਾ ਮਿੱਠਾ ਵੀ ਕਹੋ ਨੀ ਕੀ ਬੋਲੂ ਪਤਾ ਹੀ ਹੈ ਇੱਥੇ ਘਰੇ ਨੀ ਰੱਖਣਾ ਬਾਹਰ ਬਣਾ ਦੇ ਆਸ਼ਰਮ ਮੈਨੂੰ ਕੋਈ ਟਿੱਕਾ ਨੀ ਹੈਗਾ ਜਵਾਬ ਹੋਇਆ ਹਰੇਕ ਨੂੰ ਜਨਕਣੇ ਨੂੰ ਬਿਠਾ ਲੈਂਦਾ ਬੇਬੇ ਬਿਠਾ ਲਈ ਬਾਪੂ ਬਿਠਾ ਲਿਆ ਸਭ ਇਹ ਹੱਦੀ ਹੋਈ ਪਈ ਜਮਾ ਤੇਰੇ ਵਾਲੀ ਅਰੇ ਉੱਪਰ ਤਾਂ ਕੋਈ ਨਹੀਂ ਗਾ ਉੱਪਰਾ ਤਾਂ ਕੋਈ ਨਹੀਂ ਆਗੀ ਮਨਜੀਤ ਤੇ ਚਾਹੇ ਮੇਰਾ ਬਾਪੂ ਆ ਵਿਕਰ ਹੋਰ ਤਾਂ ਕਦੇ ਬਾਹਰ ਨਹੀਂ ਗਾ ਚਾਹੇ ਮਾਮੀ ਇਹ ਤੇ ਬਾਹਰੋਂ ਤਾਂ ਆ ਜੇ ਥੋੜੇ ਹੋਰ ਬੁਲਾ ਲਾ ਹੈ ਚਾ ਕੋ ਆਪਾਂ ਤਾਂ ਕਹਣਾ ਬੁਲਾ ਨਾ ਇਹ ਤਾਂ ਬਾਹਰ ਕੌਣ ਹੈ ਕਿ ਬਾਦਸ਼ਾਹ ਦਾ ਗੁਰੂ ਦੇਖ ਮੇਰੀ ਗੱਲ ਸੁਣ ਮਸਾ ਮਸਾ ਤਾਂ ਉਹਨੇ ਦੇ ਜਵਾਬ ਹੋਇਆ ਜੇ ਕੋਈ ਗੱਲਬਾਤ ਬਣ ਗਈ ਤਾਂ ਲੈਣੇ ਨੂੰ ਦੇਣੇ ਪੈ ਜਾਣਗੇ ਮੇਰੀ ਗੱਲ ਸਮਝ ਲਿਆ ਕਰ ਤੂੰ ਵੀ ਹੁਣ ਕੋਈ ਨਿਆਣਾ ਨਹੀਂ ਰਿਹਾ ਕਹਾਇਆ ਨਾ ਕਰ ਮੈਂ ਤਾਂ ਹਰੇਕ ਗੱਲ ਮੈਂ ਕਹਾਂ ਤਾਂ ਤੈਨੂੰ ਫੇਰ ਹੀ ਸਮਝ ਆਵੇ ਸਵਾ ਮਹੀਨਾ ਤਾਂ ਇੰਨਾ ਪਰਹੇਜ ਹੁੰਦਾ ਛੋਟਾ ਬੱਚਾ ਹੁੰਦਾ ਜਦੋਂ ਘਰੇ ਕੋਈ ਨਹੀਂ ਆਉਂਦਾ ਜਾਂਦਾ ਹੁੰਦਾ ਵਾਰ ਗਏ ਹਾਰੀ ਲਾਈ ਹੁੰਦੀ ਹੱਥ ਸੇਕ ਕੇ ਫੇਰ ਵਰਦਾ ਅਗਲਾ ਗਾਹਾਂ ਹੱਥ ਪੈਰ ਧੋਂਦਾ ਇੱਥੇ ਠੂਹ ਆਉਂਦਾ ਜਿਹੜਾ ਅੰਦਰ ਵੜ ਜਾਂਦਾ ਹੈਗਾ ਅਖੇ ਰਿਸ਼ਤੇਦਾਰ ਨੇ ਫਲਾਣੇ ਨੇ ਇਹ ਕੀ ਗੱਲ ਹੋਈ ਓਹੋ ਉਹ ਲੈ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਮਾਮੀ ਨੂੰ ਤਾਂ ਲਿਆ ਸੀਗਾ ਇੱਥੇ ਮੈਂ ਚੱਲ ਉਹਨਾਂ ਦਾ ਕੋਈ ਸਾਹਮਣੇ ਵਾਲਾ ਹੈ ਨੀਗਾ ਤੂੰ ਹੋਰ ਹੀ ਗੱਲਾਂ ਲੈ ਕੇ ਬਹਿ ਗਈ ਹਾਂ ਮੈਂ ਤਾਂ ਹੋਰ ਗੱਲਾਂ ਆਪੀ ਲੈ ਕੇ ਬਹਿ ਗਈ ਮੇਰੀ ਗੱਲ ਸੁਣ ਜੇ ਜ਼ਿਆਦਾ ਪੈਸੇ ਤੈਨੂੰ ਉਹ ਹੈ ਨਾ ਵਾਲੇ ਪੈਸੇ ਨੇ ਤੂੰ ਊਂ ਦੇ ਦੇ ਮੈਂ ਕੋਈ ਇਤਰਾਜ਼ ਨਹੀਂ ਓਏ ਊਂ ਦੇਣ ਦਾ ਨਹੀਂ ਉਹਨਾਂ ਦਾ ਕੋਈ ਸਾਹਮਣ ਵਾਲਾ ਨਹੀਂਗਾ ਸਾਹਮਣ ਵਾਲਾ ਨਹੀਂਗਾ ਤੈਨੂੰ ਪਤਾ ਮਾਮਾ ਇਕੱਲਾ ਸੀਗਾ ਉਹ ਰਿਸ਼ਤੇਦਾਰੀ ਤੈਨੂੰ ਪਤੀ ਅੱਜ ਕੱਲ੍ਹ ਮੈਂ ਕਿਹਾ ਨੱਕ ਬੋਲੇ ਜੇ ਕੱਢਣਗੇ ਮੈਂ ਹੀ ਕਹਿਤਾ ਇਹਨਾਂ ਨੂੰ ਮੈਂ ਚੱਲ ਤੁਸੀਂ ਮੇਰੇ ਕੋਲੇ ਆ ਜਾਓ ਹਾਏ ਮਾਮੇ ਨੇ ਤਾਂ ਮੈਨੂੰ ਕਿਹਾ ਸੀਗਾ ਮਾਮਾ ਕਹਿੰਦਾ ਯਾਰ ਕੋਈ ਨਹੀਂ ਅਸੀਂ ਔਖੇ ਸੌਖੇ ਸਾਰ ਲਾਂਗੇ ਮੈਂ ਚੱਲ ਕੋਈ ਨਹੀਂ ਮਾਮਾ ਕਿੱਡੀ ਗੱਲ ਆ ਗਈ ਆ ਤੂੰ ਹੋਰ ਹੀ ਗੱਲਾਂ ਲੈ ਕੇ ਬਹਿ ਗਈ ਗੱਲਾਂ ਔਰ ਤਾਂ ਲੈ ਕੇ ਬੈਠੀਆਂ ਬੈਠਣ ਨੂੰ ਥਾਂ ਨਹੀਂ ਕਿਤੇ ਸਾਰੇ ਕਮਰੇ ਆਏ ਭਰੇ ਪੈਰ ਡੋਡੀ ਕੋਈ ਕੋਈ ਬੈਠਾ ਕਿਤੇ ਕੋਈ ਬੈਠਾ ਇਹ ਕੀ ਗੱਲ ਹੋਈ ਭਲਾ ਦੀ ਬਣਾ ਛੱਡਿਆ ਗਿਆ ਧਰਮਸ਼ਾਲਾ ਵਾਂਗੂ ਇਹਨਾਂ ਦੇ ਕੋਈ ਤਾਂ ਹੋਊ ਮਾਂ ਭੈਣ ਭੂਆ ਫੁੱਫੀ ਤੂੰ ਹੀ ਦੱਸਿਆ ਇਕੱਲਾ ਆ ਗਈ ਇੱਥੇ ਮੂੰਹ ਚੱਕ ਜਮੇ ਹੀ ਨਹੀਂ ਸੋਚਦਾ ਹੈਗਾ ਤੂੰ ਮਾਰੀ ਹੋਣੀ ਬੜਾਈ ਪਾੜ ਪਾਈ ਆਪਦੀ ਮੈਨੂੰ ਪਤਾ ਤੇਰੀਆਂ ਆਦਤਾਂ ਦਾ ਆ ਜਾਓ ਇੱਥੇ ਆ ਜਾਓ ਮੈਨੂੰ ਕੁਛ ਨੀ ਹੋਇਆ ਹੈਗਾ ਹੁਣ ਨਾ ਡਾਕਟਰ ਜਾ ਬੁਲਾ ਲਈ ਇੱਥੇ ਠੀਕ ਆ ਮੇਰੇ ਲਵਾਂਗਾ ਮੈਂ ਇੱਧਰ ਲਵਾਉਂਗੀ ਇੱਧਰ ਲਾ ਦੇ ਮੈਂ ਤਾਂ ਠੀਕ ਠਾਕ ਆ ਠੀਕ ਹੋ ਗਈ ਸੀ ਤੂੰ ਪਤਾ ਨਾ ਬਹੁਤ ਟਾਈਮ ਤੇਰਾ ਵਧੀਆ ਲੰਘ ਗਿਆ ਸੀ ਉਹੀ ਕਹਿੰਦਾ ਪਹਿਲਾਂ ਮੈਂ ਫਿਰ ਚੱਕ ਰਹੀਆਂ ਮੈਂ ਸਾਰਾ ਟਿਕ ਗਏ ਪੰਜ ਦੋ ਸਾਲ ਨਾ ਵਧੀਆ ਲੰਘ ਗਏ ਤੈਨੂੰ ਆਹ ਹੀ ਪੁਰਾਣੀਆਂ ਗੱਲਾਂ ਫਿਰ ਲੈ ਕੇ ਬਹਿਗੀ ਪੁਰਾਣੀਆਂ ਜਾ ਖੜੀਆਂ ਹੋ ਜਾਂਦੀ ਯਾਦ ਆ ਜਾਂਦੀ ਉਵੇਂ ਜੇ ਯਾਦ ਕਰਨਾ ਇਹ ਚਿੱਪ ਕਮਾ ਦੇਣਾ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣਨਾ ਨੋ ਨੈਸ ਮੈਂ ਦੱਸ ਤਾ ਜੇ ਕੱਲ ਨੂੰ ਕੰਮ ਹੋਣ ਕੁਛ ਕਹਿਤਾ ਨਾ ਜੇ ਕੰਮ ਹੋਣ ਵਾਗੀ ਅੱਗੇ ਤਾਂ ਮੈਂ ਚੁੱਪ ਕਰ ਗਿਆ ਸੀ ਰੀਤ ਬਾਰੀ ਐਤ ਕਿ ਜੇ ਕੰਮ ਹੋਣ ਕੁਛ ਕਹਿਤਾ ਜੇ ਕੰਮ ਹੋ ਵਾਗੀ ਫਰਸ ਮੈਂ ਕੰਮ ਨੂੰ ਕਿਉਂ ਕਹੂੰਗੀ ਕਮਲਿਆ
ਮੇਰੀ ਤਾਂ ਜ਼ਿੰਦਗੀ ਜਾਣਾ ਹੈ ਜਿੰਦ ਜਾਣ ਤੂੰ ਤੇਰੀਆਂ ਇਹ ਜਿਹੀਆਂ ਜਦੋਂ ਅੱਜ ਮੈਨੂੰ ਕਹੀ ਨਿਆਲਾ ਖੋ ਕੱਲ ਨੂੰ ਮੈਨੂੰ ਕਹੀ ਉਹ ਦੁਸ਼ਟੀ ਦਾ ਹੈ ਹੀ ਇਹੋ ਜੀ ਸੀ ਹਾਂ ਉਹ ਰੱਬ ਨੂੰ ਪਤਾ ਹੈ ਓਏ 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 ਤਾਂ ਮੈਂ ਤਾਂ ਰੀਤ ਨੂੰ ਕਹਿੰਦੀ
ਬੜੀ ਨਾ ਘਰੇ ਆਏ ਕਹਦੇ ਜਵਾਬ ਦੇ ਮਨਜੀਤ ਬੜੀ ਚੰਗੀ ਹੋ ਗਈ ਉਹ ਮੈਂ ਨੀ ਕਹਿੰਦਾ ਮਨਜੀਤ ਚੰਗੀ ਹੋ ਗਈ ਮੇਰੇ ਨਾਲ ਉਹਨੇ ਬਹੁਤ ਮਾੜਾ ਕੀਤਾ ਮੈਨੂੰ ਵੀ ਪਤਾ ਤੈਨੂੰ ਵੀ ਪਤਾ ਪਰ ਮੇਰਾ ਹੁਣ ਮੇਰਾ ਦਿਲ ਨੀ ਕਰਦਾ ਮਾਂ ਮਿਲ ਗਏ ਮਨਜੀਤ ਬੜੀ ਚੰਗੀ ਆ ਗਈ ਤੂੰ ਮੰਨ ਲੂ ਪਿੰਡ ਚ ਮੈਂ ਤਾਂ ਧੱਕੇ ਮਾਰ ਕੇ ਸੱਚੂ ਕਰਦਾ ਤਾਂ ਨੀ ਮੰਨਦਾ ਪਤਾ ਹੈਗਾ ਸਰਪੰਚ ਕੰਮ ਕਰ ਹੀ ਨੀ ਸਕਦਾ ਮੈਂ ਦੱਸ ਤੂੰ ਵੀ ਐਂ ਕਰਦਾ ਤੁਹਾਨੂੰ ਐਵੇਂ ਲੱਗਦਾ ਚੰਗਾ ਉਹ ਮੈਂ ਸਾਰੀ ਅਸਲੀਅਤ ਦੱਸ ਤੂੰ ਤੇਰੀ ਬਾਪੂ ਆਏ ਦੋ ਦਿਨ ਵਗ ਜਾਣਗੇ ਜੇ ਕਿਸੇ ਨੂੰ ਸੁਣ ਕੇ ਲੈਣੇ ਨੂੰ ਦੇਣੇ ਪੈ ਜਾਣਗੇ ਜਿਹੜੇ ਦੋ ਮਹੀਨੇ ਸਾਹਮਣੇ ਉਹ ਬੇਕਾਰ ਜਾਣਗੇ ਮਾਂ ਮੇਰ ਕੇ ਸਮਝ ਜਾਏਗਾ ਬਾਪੂ ਹੈ ਬੇਬੇ ਹੈ ਮਾਮੀ ਹੈ ਇੱਥੇ ਟੱਬਰ ਪਾਤਾ ਉਹਨਾਂ ਦਾ ਮਾੜਾ ਤਾਂ ਕੀਤਾ ਮੈਂ ਮਾੜਾ ਕੀਤਾ ਹੈ ਤਾਂ ਫਿਰ ਆਪਦੇ ਮੂੰਹ ਨਾ ਕਹਿ ਦੇ ਜੇ ਭਾਈ ਤੂੰ ਆਹ ਮਾੜਾ ਕਰਤਾ ਫਿਰ ਕਹਿ ਦੇ ਮੇਰੇ ਵੱਲੋਂ ਤਾਂ ਕਰਨਾ ਮੈਂ ਇਹ ਨਹੀਂ ਕਹਿੰਦੀ ਵੀ ਤੂੰ ਮਾੜਾ ਕਰਤਾ ਦੇਖ ਜਵਾਕੜੀ ਹੈ ਛੋਟੀ ਭੰਤ ਭੰਤ ਦੇ ਬੰਦੇ ਆਉਂਦੇ ਅਗਲਾ ਆਖੂਗਾ ਇਹਨਾਂ ਦੇ ਆਉਣ ਕਰਕੇ ਹੋ ਗਿਆ ਲੈਣੇ ਦੇਣੇ ਪੈ ਜਾਣਗੇ ਸਮਝਦਾ ਕਿਉਂ ਨੀ ਮੇਰੀ ਗੱਲ ਪੁੱਤ ਮੇਰੀ ਗੱਲ ਸਮਝਦਾ ਕਿਉਂ ਨੀ ਅੱਗੇ ਪੁਰਾਣੀਆਂ ਬੁੜੀਆਂ ਨਾ ਸਵਾ ਮਹੀਨਾ ਕੋਈ ਅੰਦਰ ਨਹੀਂ ਸੀ ਜਾ ਸਕਦਾ ਜਵਾਕ ਦੇ ਕੋਲੇ ਤੈਨੂੰ ਐਂ ਪਤਾ ਮਾਣ ਕਰਿਆ ਮਾੜਾ ਹੁੰਦਾ ਉਹ ਦੇਖ ਵੀ ਮੈਂ ਕਿਤੇ ਵਿਚਾਰ ਨਹੀਂ ਕਰੀ ਜ਼ਿੰਦਗੀ 'ਚ ਨਾ ਹੀ ਮੈਂ ਕਰਾਂ ਇਹ ਸਭ ਨਾਲ ਗੱਲਾਂ ਬਣਾ ਮੈਂ ਇਹ ਨਹੀਂ ਕਹਿੰਦਾ ਵੀ ਕੁਛ ਹੋ ਜੂਗਾ ਆਹ ਸਵਾ ਮਹੀਨੇ ਡੂਢ ਮਹੀਨੇ ਦੀ ਹੋ ਗਈ ਸਾਰੇ ਬੰਦੇ ਆਉਂਦੇ ਆ ਸਾਰੇ ਜਿੰਨੇ ਮੇਰੇ ਕੋਲ ਬਾਹਰੋਂ ਆਉਂਦੇ ਸਾਰੇ ਆਉਂਦੇ ਆ ਸਾਰੇ ਆ ਕੇ ਮੈਂ ਕਿਸੇ ਸਾਰਿਆਂ ਨੂੰ ਕਿਹਾ ਵਾ ਕੋਈ ਹੱਥ ਧੋਣ ਦੀ ਲੋੜ ਨਹੀਂ ਸਭ ਸਾਰੇ ਜਾਓ ਕੁਛ ਵਧੀਆ ਕੁੜੀਆਂ ਟਾਂ ਟਾਂ ਕਰਦੀ ਹੈ ਕੁਛ ਨਹੀਂ ਹੁੰਦਾ ਨਾਲੇ ਬੱਚਾ ਉਹ ਚੋ ਨਾ ਇਹੋ ਜਿਹੀ ਕੁਛ ਆਉਂਦੀ ਹੈ ਬਗਾਨੀ ਚੀਜ਼ ਬਾਹਰੋਂ ਆਉਂਦੀ ਹੈ ਬਾਹਰਲੇ ਬੰਦੇ ਨਾਲ ਉਹਨੂੰ ਪਤਾ ਨੀ ਜਵਾਕ ਕੀ ਅਸਰ ਕਰਦੀ ਹੈ ਗੱਲ ਤਾਂ ਆ ਹੈ ਕਰਦੀ ਤਾਂ ਹੋਊ ਮੈਂ ਨੀ ਕਹਿੰਦਾ ਤੂੰ ਸਿਆਣੀ ਹੈ ਮੇਰੇ ਨਾਲ ਵੱਧ ਸਿਆਣੀ ਹੈ ਚੱਲ ਪਰ ਮੈਂ ਜਿੱਥੋਂ ਤੱਕ ਐਤਕੀ ਤੇ ਵਾਲਾ ਆਇਆ ਜੀ ਮੈਂ ਕੋਈ ਬੰਨ ਮਰੀ ਨਹੀਂ ਰੱਖਿਆ ਮੈਂ ਠੂਹ ਜਾਇਆ ਕਰਨ ਦੇ ਠੂਹ ਜਾਇਆ ਕਰਨ ਵਧੀਆ ਆ ਜਿਹੜੇ ਮੰਗਣ ਜੇ ਵਾਲੇ ਹੁੰਦੇ ਨੇ ਉਹਨਾਂ ਨੂੰ ਵੀ ਕਹੀ ਦਿਆ ਕਰ ਹੈ ਕਿ ਸਾਡੇ ਨਿੱਕਾ ਦਾ ਜਵਾਕ ਆਇਆ ਦੇਖ ਲਓ ਹਨਾ ਹੋਰ ਤਾਂ ਕੋਈ ਕਸਰ ਨਹੀਂ ਬਸ ਮੈਂ ਬੜੇ ਗੱਲਾਂ ਵਧਾਉਣ ਦੀ ਲੋੜ ਨਹੀਂ ਠੀਕ ਹੈ ਤੂੰ ਕਹਿਤਾ ਮੈਂ ਉਹਨਾਂ ਨੂੰ ਪਿਆਰ ਨਾ ਕਹਿ ਦਿਓ ਅੱਜ ਕੱਲ੍ਹ ਵਗ ਜਾਣਗੇ ਠੀਕ ਹੈ ਐਵੇਂ ਕੀ ਫਾਇਦਾ ਹਾਂ ਫਿਰ ਬਸ ਮੈਂ ਐਂ ਕਹਿੰਦੀ ਹਾਂ ਬਹੁਤ ਚਿਰ ਹੋ ਗਿਆ ਹਾਂ ਠੀਕ ਹੈ ਹਾਂ ਹੁਣ ਨੀ ਮੈਂ ਕਿਤੇ ਜਾਣਾ ਜੁਆ ਘਰ ਰੋਜ਼ ਹੀ ਕਹਿ ਦੇਣਾ ਉੱਥੇ ਬਾਈ ਦਾ ਨਾ ਆਇਆ ਫਲਾਣਾ ਮੈਂ ਨਾ ਨਾ ਕੇ ਅੱਕੀ ਅੱਕੀ ਪਈ ਆ ਮਾਮਾ ਤੇ ਮਾਂ ਪਾਣੀ ਪਾ ਕੇ ਬਣਾਉਣ ਨੂੰ ਨਾ ਨਾਤੀ ਹੋਈ ਆ ਲਿਬੜੀ ਦਿੰਦੀ ਆ ਤੈਨੂੰ ਮੈਂ ਚੰਨ ਨੂੰ ਕਈ ਵਾਰ ਪੁੱਛਣਾ ਮੈਂ ਥਕੇ ਆਵਾਜ਼ ਆ ਜਾਂਦਾਗਾ
ਮੈਂ ਤਾਂ ਤੇਰੇ ਨਾਲ ਗੱਲਾਂ ਕਰਕੇ ਨਾ ਥਕੇਵਾ ਤਾਂ ਆ ਜਾਂਦਾ ਮੇਰੀ ਗੱਲ ਦਾ, ਇੱਕ ਦਾ ਵੀ ਤੇਰੇ ਕੋਲ ਜਵਾਬ ਨੀ ਮੁੜ ਮੁੜ ਕੇ। ਇੱਕ ਦਾ ਕਿਉਂ, ਸਾਰਿਆਂ ਦਾ ਹੈ। ਆਹੋ, ਮੈਨੂੰ ਤਾਂ ਲੱਗਦਾ ਨੀ ਕੋਈ ਤੇਰੇ ਕੋਲ ਜਵਾਬ ਹੈ। ਮੈਂ ਕਿੰਨੀ ਗੱਲ ਕਰਦਾ, ਤੂੰ ਮੇਰੀ ਗੱਲ ਉਹ ਕਰ ਦਿੰਦਾ, ਆਪਦੀ ਰੱਖਦਾ ਮੂਹਰੇ, ਮੇਰੀ ਗੱਲ ਸੁਣ ਲਾ। ਸੌ ਦੀ ਸੌ ਕਹਿੰਦੇ ਹੁੰਦੇ, ਸੌ ਗਜ ਰੱਸਾ ਸਿਰੇ ਤੇ ਗੰਢ, ਜਿਹੜੇ ਆਏ ਗਏ ਜੇ ਨਾ ਇਹਨਾਂ ਨੂੰ ਬਸ ਰਫੂ ਦਫੂ ਕਰਦੇ। ਮੇਰੀ ਤਾਂ ਪੋਤੀ ਆ ਜਿਹੜੀ ਉਹ ਹੋ ਗਈ ਮੁਟਿਆਰ ਹੋ ਗਈ, ਠੀਕ ਹੈ। ਤੇਰੀ ਤਾਂ ਪੋਤੀ ਮੁਟਿਆਰ ਹੋ ਗਈ, ਮੈਂ ਤੈਨੂੰ ਤਾਂ ਨੀ ਕਹਿੰਦਾ। ਹੋਰ ਕੀ ਕਹਿਣਾ ਹੁਣ ਤੂੰ? ਉਹ ਵੀ ਆਪਣੀ ਹੀ, ਉਹ ਕਿਹੜਾ ਕਿਸੇ ਦੀਆਂ ਧੀਆਂ ਦਾ ਸਰਦੀਆਂ ਸਾਂਝੀਆਂ ਹੁੰਦੀਆਂ, ਧੀਆਂ ਸਰਦੀਆਂ ਹੁੰਦੀਆਂ, ਛੋਟੀ ਜਾ ਕੇ ਐਂ ਆਖਣੀਆਂ ਲੱਤਾਂ ਮਾਰ ਕੇ ਜਦੋਂ ਖੇਡਦੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਕਾਰ ਜੇ ਠੰਡ ਪੈਂਦੀ ਹੈ ਮੈਨੂੰ ਵੀ ਪਤਾ ਹੈ, ਸਾਰਾ ਦਿਨ ਉਹਨੂੰ ਦੇਖਦੀ ਰਹਿੰਦੀ ਹਾਂ, ਪਰ ਮੈਨੂੰ ਪੈਣ ਨੂੰ ਥਾਂ ਨਹੀਂ। ਮੈਂ ਗੱਲ ਇਹ ਕਰਦੀ ਹਾਂ, ਚਾਹੁੰਦਾ ਤੂੰ ਮੇਰੀ ਗੱਲ ਸਮਝ ਲਿਆ ਕਰ। ਉਹ ਸੋਚ ਰਲ ਮਿਲ ਕੇ ਟਾਈਮ ਲੰਘ ਜਾਂਦਾ ਮਾਮੇ ਵਰਗੇ, ਸਾਰੇ ਹੁੰਦੇ ਆ, ਸਾਰਾ ਰਲ ਮਿਲ ਕੇ ਪਰਮਾਤਮਾ ਗਾ ਕੌਣ ਆ ਕਿਸੇ ਨੂੰ, ਬਸ ਹੀਲੇ ਸਬੀਲੇ ਬੰਦਾ ਆਉਂਦਾ, ਆਪਾਂ ਕਿਸੇ ਨੂੰ ਕੌਣ ਆ ਖਵਾਉਣ ਵਾਲੇ। ਮੈਂ ਤਾਂ ਨਹੀਂ ਕਹਿੰਦਾ ਵੀ ਮੈਂ ਖਵਾਉਂਦਾ, ਪਰਮਾਤਮਾ ਹੀ ਆ ਜਿਵੇਂ ਤੇਰੀ ਮਰਜ਼ੀ। ਕੋਈ ਗੱਲ ਨੀ, ਮੈਨੂੰ ਨਾ ਕਹੀਂ ਉੱਥੇ ਪਾਇਆ ਸੁਣਾਉਣੇ ਥਾਂ ਜਾਂਦੀਆਂ ਬੜੀ, ਉੱਥੇ ਧਿਮਕੇ ਵਗਦਾ, ਮੈਂ ਨੀ ਜਾਣਾ। ਪਰ ਨਾ ਕਿਤੇ ਨੀ ਭੇਜਦਾ, ਬਸ ਆਹ ਹਜ਼ੂਰ ਸਾਹਿਬ ਜਾਣ ਕੇ ਤੂੰ ਮਹੀਨਾ ਕੁ ਲੱਗੂਗਾ ਕਰਨ ਨੂੰ, ਪਰ ਸੁਣਨਾ ਨਾਲ ਬਾਕੀ ਕਿਤੇ ਨੀ ਭੇਜਦਾ ਤੈਨੂੰ ਮੈਂ। ਮੈਂ ਤਾਂ ਕਿਤੇ ਨੀ ਜਾਂਦੀ ਬਾਬੇ ਦੇ ਦਰਸ਼ਨ ਕਰਿਆ ਹੀ। ਹੇ ਪਰਮਾਤਮਾ, ਹੇ ਮੇਰੇ ਵਾਹਿਗੁਰੂ, ਇਹਨੂੰ ਕੀ ਹੋਵੇ, ਚੰਗੀ ਭਲੀ ਸੀ, ਪੱਕਾ ਕਿਸੇ ਨੇ ਕਿਸੇ ਨੇ ਛਿੰਝ ਛੇੜੀ ਹੋਊਗੀ। ਐਂ ਤਾਂ ਬੋਲਦੀ ਨਹੀਂ ਬਾਈ ਜੀ, ਮਾਂ ਮੇਰੀ ਹੈ, ਮੈਨੂੰ ਪਤਾ ਕਿਸੇ ਨੇ ਚਾਬੀ ਕਸੀ ਲੱਗਦੀ ਹੈ। ਭੋਰਾ ਭਰ ਜਵਾਕ ਨਹੀਂ ਹੈ, ਇੱਕ ਵਗ ਜਾਂਦਾ ਇੱਕ ਆ ਜਾਂਦਾ ਹੈਗਾ। ਐਂ ਦੱਸ, ਭੋਰਾ ਭਰ ਜਵਾਕ ਨਹੀਂ, ਜੇ ਕੋਈ ਐਸੀ ਵੈਸੀ ਗੱਲ ਹੋ ਗਈ ਤਾਂ ਫਿਰ ਮੈਂ ਕੀ ਕਰੂੰਗੀ, ਮੇਰੀ ਗੱਲ ਤਾਂ ਸੁਣਦੇ ਨਹੀਂ ਕੋਈ, ਕੀ ਕਰਾਂ, ਸਮਝ ਨਹੀਂ ਆਉਂਦੀ ਮੈਨੂੰ ਤਾਂ। ਕੀ ਹੋਇਆ ਤਾਈ, ਤੁਸੀਂ ਨਾਲੇ ਇੱਥੇ ਅੰਦਰ ਏਸੀ ਚ ਪੈ ਜਾਂਦੇ ਨਾ ਤੁਸੀਂ, ਇੱਥੇ ਬਾਹਰ ਗਰਮੀ ਹੈਗੀ ਕਮਰੇ ਚ, ਇਹਦੇ ਚ ਕੋਈ ਏਸੀ ਚ ਕੰਮੋ ਪਈ ਆ, ਕੋਈ ਗੱਲ ਨਹੀਂ। ਅੱਛਾ, ਹੋਰ ਕਮਰੇ ਤੈਨੂੰ ਪਤਾ ਹੀ ਆ, ਆ ਗਿਆ ਵਗ ਗਿਆ ਕੋਈ ਹੋਰ ਕਮਰੇ ਆਏ ਰੁਕੇ ਪੈਣ, ਮੈਨੂੰ ਤਾਂ ਕਮਰਾ ਨਹੀਂ ਰਿਹਾ ਪੈਣ ਪੁੱਤ। ਸਹੀ ਗੱਲ ਆ ਤਾਈ ਜੀ, ਚਾਰ ਦਿਨ ਬਾਹਰ ਵਗ ਜਾ, ਆਉਂਦੀ ਨੂੰ ਹੁਲੀਆ ਹੋਰ ਹੀ ਕਰਿਆ ਪੈ ਹੁੰਦਾ ਘਰ ਤੋਂ। ਅੱਛਾ, ਹਾਂ ਬੋਲਦੀਆਂ ਤਾਂ ਮੈਨੂੰ ਚਰਨਾ ਹੀ ਨਹੀਂ ਬੋਲ ਰਹਿੰਦਾ, ਤੂੰ ਤਾਂ ਮਾਂ ਉਹੀ ਕਰੀ ਜਾਂਦੀ ਤਾਂ ਮੈਨੂੰ ਚੁੱਪ ਕਰਾ ਆਉਂਦਾ। ਸਹੀ ਗੱਲ ਆ ਤਾਈ, ਤੇਰੀ ਵੀ ਜੂਨ ਖਰਾਬ ਹੀ ਆ। ਹੋਰ ਹੁਣ ਪੈਸੇ ਐਵੇਂ ਵੰਡੀ ਜਾਂਦਾ ਗਾ, ਉਹ ਆ ਗਿਆ ਉਹਨੂੰ ਦੇਤਾ, ਬਸ ਦਾਨੀ ਬਣਿਆ ਰਹਿੰਦਾ। ਚਲ ਕਰੋ ਦਾਨ, ਮੈਂ ਨਹੀਂ ਕਹਿੰਦੀ ਵੀ ਮਾੜਾ ਹੁੰਦਾ ਦਾਨ, ਹਿਸਾਬ ਸਿਰੀ ਠੀਕ ਹੁੰਦਾ, ਮੈਨੂੰ ਤਾਂ ਪਤਾ ਲੱਗੇ ਕੋਈ। ਹਾਂ ਹਾਂ ਸਹੀ ਗੱਲ ਆ ਤਾਈ, ਜੂਨ ਜੇ ਆਪਣੇ ਕੋਲੇ ਬਾਹਲੇ ਪੈਸੇ ਨੇ ਫਿਰ ਇਹ ਤਾਂ ਨਹੀਂ ਜ਼ਰੂਰੀ ਹੁੰਦਾ ਵੀ ਆਪਾਂ ਵੰਡੀ ਚੱਲੋ। ਉਹੀ ਤਾਂ ਹੈ, ਘਰੇ ਦੇਖ ਲਾ, ਬਿਠਾ ਛੱਡੀ ਹੈ ਸੱਸ ਸਹੁਰਾ ਤੇ ਮੰਮੀ, ਲੈ ਦੱਸ ਨਾ ਹੋਰ ਸਾਹਮਣ ਵਾਲਾ ਕੋਈ ਹੈ ਨਹੀਂ ਜੀ, ਭੂਆ ਨਹੀਂ, ਫੁੱਫੀ ਨਹੀਂ, ਕੋਈ ਭੈਣ ਨਹੀਂ, ਹੁਣ ਮੰਮੀ ਨੂੰ ਰੱਖ ਛੱਡਿਆ, ਅਖੇ ਇਹ ਜਵਾਕ ਸਾਂਭਦੀ ਹੈ, ਇਹ ਕੰਮ ਕਰਦੀ ਹੈ, ਲੈ ਦੱਸੋ ਵੀ ਹੋਰ ਉਹਦੇ ਹੈ ਹੀ ਨਹੀਂ ਆਪਦੇ। ਹਾਂ ਤਾਈ ਜੀ, ਹੈ ਤਾਂ ਔਖਾ ਹੀ ਹੈਗਾ, ਹੋਰ ਕਿਹੜਾ ਉਹਨਾਂ ਦੇ ਕੋਈ ਸਾਹਮਣ ਵਾਲਾ ਨਹੀਂ ਹੈਗਾ ਸੀ, ਚੰਗੇ ਭਲੇ ਰਿਸ਼ਤੇਦਾਰ ਹੈਗੇ ਨੇ, ਇਹਦੀ ਭਰਜਾਈ ਹੈਗੀ ਆ, ਉਹ ਕਿਹੜਾ ਸਾਂਭ ਨਹੀਂ ਸਕਦੀ ਸੀਗੀ। ਤਾਈ ਇੱਕ ਗੱਲ ਹੋਰ, ਸੱਚ ਮੈਂ ਤਾਂ ਸਾਰਿਆਂ ਦੇ ਨਾ ਹੱਥ ਹੁੱਥ ਧਵਾ ਕੇ ਫਿਰ ਅੰਦਰ ਜਾਣ ਦਿੰਦੀ ਹੁੰਦੀ ਹਾਂ, ਮੈਨੂੰ MLA ਸਾਹਿਬ ਤਾਂ ਕਹਿ ਦਿੰਦੇ ਨੇ ਕੋਈ ਚੱਕਰ ਨਹੀਂ, ਆਪਣੇ ਰਿਸ਼ਤੇਦਾਰ ਆਉਂਦੇ ਜਿਹੜੇ ਅਸੀਂ ਭੇਜਿਆ ਕਰ। ਲੈ ਦੇਖ ਲਾ, ਬਾਹਰੋਂ ਕਿਤੋਂ ਚੱਲ ਕੇ ਆਉਂਦਾ ਬੰਦਾ, ਸੌ ਥਾਈ ਆਪਾਂ ਇੱਧਰ ਹੁੰਦੇ ਹਾਂ, ਉੱਧਰ ਨੂੰ ਕਿਹੋ ਜਿਹੇ ਥਾਂ ਮਿਲ ਜਾਂਦੇ ਰਾਹ 'ਚ, ਅਤੇ ਉਹ ਬੱਚਾ ਭੋਰਾ ਭਰ ਹੁੰਦਾ ਹੈ। ਸਹੀ ਗੱਲ, ਚੀਜ਼ ਜਿਹੜੀ ਨਾ ਆਉਂਦੀ ਹੈ ਨਾ ਬਾਹਰੋਂ, ਬੱਚੇ 'ਤੇ ਅਸਰ ਕਰ ਦਿੰਦੀ ਹੈ, ਸਿਆਣੇ 'ਤੇ ਨਹੀਂ ਕਰਦੀ, ਮੈਂ ਆਹ ਗੱਲ ਤੋਂ ਡਰਦੀ ਹਾਂ। ਹਾਂ ਤਾਈ ਜੀ, ਨਾਲੇ ਕੱਲ੍ਹ ਕਲਾ ਨੂੰ ਕੋਈ ਜਵਾਕ ਨੂੰ ਕੁਛ ਹੋ ਗਿਆ, ਐਵੇਂ ਉਹ ਵੀ ਗੱਲ ਤੁਹਾਡੇ 'ਤੇ ਗੱਲ ਆ ਜੂ। ਉਹ ਆਹ ਗੱਲ ਦਾ ਹੀ ਡਰ ਹੈ ਮੈਨੂੰ, ਹੋਰ ਕੋਈ ਡਰ ਨਹੀਂ, ਉਹਦੇ ਨਾਲ ਕੁਛ ਲਾਉਂਦਾ ਤਾਂ ਨਹੀਂ ਕੋਈ ਜਵਾਕ ਨਾਲੋਂ, ਮੈਂ ਡਰਦੀ ਹਾਂ। MLA ਸਾਹਿਬ ਵੀ ਨਾ ਬਸ ਬਾਹਲੇ ਜ਼ਿਆਦਾ ਉਹ ਕਰਦੇ ਨੇ ਹਨਾ, ਹਰੇਕ ਕਰਨਗੇ, ਕਿਸੇ ਨੂੰ ਪੈਸੇ ਦੇ ਤੇ, ਕਿਸੇ ਨੂੰ ਘਰੇ ਬਿਠਾ ਲਿਆ,
ਪੁੱਤ ਦੇਖਦੇ ਨੀ ਹੈਗੇ ਵੀ ਕੌਣ ਆ ਇਹ, ਕਿੱਥੋਂ ਆ, ਬਸ ਭਲਾ ਕਰਨ ਤੇ ਰਹਿੰਦੇ ਨੇ। ਹਾਂ ਅੰਦਰ ਜਾ ਕੇ ਦੇਖ ਲਾ ਆਪਣਾ ਸੋਨੀ, ਆਸ਼ਰਮ ਬਣਾਇਆ ਪਿਆ ਹੈਗਾ, ਬਹਿਣ ਨੂੰ ਵੀ ਥਾਂ ਨੀ ਹੈਗਾ ਕਿਤੇ। ਤਾਂ ਹੀ ਤਾਂ ਮੈਂ ਕਹੀ ਜਾਂਦੀ ਹਾਂ ਵੀ ਤੁਸੀਂ ਏਸੀ ਵਾਲੇ ਚ ਨੀ ਬੈਠੇ, ਤੁਸੀਂ ਇੱਥੇ ਗਰਮੀ ਵਾਲੇ ਕਮਰੇ ਚ। ਫਿਰ ਕਰਾਂ ਕੀ, ਕੋਈ ਵਿਹਲੇ ਨੀ ਇਹਦਾ ਕਮਰਾ, ਹਾਂ ਬੈਠੀ ਹਾਂ ਮੈਂ ਤਾਂ। ਤੇ ਸੱਚ ਤਾਈ ਮੇਰੀ ਗੱਲ ਸੁਣੋ, ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ। ਹਾਂ ਪਹਿਲਾਂ ਮੈਨੂੰ ਐਂ ਦੱਸੋ, ਤੁਸੀਂ ਸੌਂਹ ਖਾਓ ਵੀ ਕਿਸੇ ਕੋਲੇ ਗੱਲ ਨੀ ਕਰੋਗੇ। ਮੈਂ ਗੱਲ ਤਾਂ ਮੈਂ ਕੋਈ ਕਰਦੀ ਨੀ ਹੁੰਦੀ, ਕੀ ਗੱਲ ਆਈ ਦੱਸ ਮੈਨੂੰ, ਮੇਰਾ ਪਤਾ ਲੱਗ ਗਿਆ ਵੀ। ਹਾਂ ਨਹੀਂ ਪੁੱਤ, ਮੈਂ ਸੌਂਹ ਖਾਂਦੀ ਹਾਂ, ਕਾਹਦੀ ਖਾਵਾਂ, ਤੇ ਮੈਂ ਨੀ ਕੋਈ ਗੱਲ ਕਰਦੀ। ਦੱਸ ਤਾਂ ਸਹੀ ਕੀ ਗੱਲ ਹੋਈ ਮੇਰੇ ਮਗਰੋਂ। ਜਿੱਦਣ ਤੁਸੀਂ ਗਏ ਹੋ ਨਾ ਉਦੋਂ ਮਗਰੋਂ ਜਿਹੜਾ ਵੀ ਕੋਈ ਆਉਂਦਾ ਗਾ ਹਨਾ, ਕੋਈ ਰਿਸ਼ਤੇਦਾਰ ਆ, ਕੋਈ ਹੋਰ, ਕਦੇ ਕਿਸੇ ਨੂੰ ਕਿੰਨੇ ਪੈਸੇ ਦੇ ਤੇ, ਕਦੇ ਕਿਸੇ ਨੂੰ ਕਿੰਨੇ ਦੇ ਤੇ, ਬਸ ਆਹੀ ਕੁਛ ਕਰਨ ਤੇ ਰਹਿੰਦੇ ਨੇਗੇ ਚਰਨਾ। ਤੇ ਹੋਰ ਤੇ ਜਿਹੜੀ ਉਹ ਆ ਰਹੀ ਆ ਸੱਚ, ਉਹ ਆ ਤਾਈ ਚਾਚੀ ਮਨਜੀਤ ਰੀਤ ਦੀ ਮਾਂ ਨਾਲੇ ਉਹਦਾ ਪਿਓ, ਤੇ ਇੱਥੇ ਬੈਠੇ ਨੇ ਕਿੱਦਾਂ ਦੇ ਲੈ, ਤੇ ਤੇਰੇ ਬਾਰੇ ਇੰਨਾ ਮਾੜਾ ਚੰਗਾ ਬੋਲੀ ਜਾਂਦੇ ਰਹਿੰਦੇ ਨੇ। ਉਹ ਤਾਂ ਬੋਲਣਾ ਹੀ ਹੈ, ਨਾਲੇ ਉਹਦੇ ਮੇਰਾ ਘਰ ਖਾਈ ਜਾਂਦੇ ਨੇ, ਨਾਲੇ ਹੁਣ ਰਿਸ਼ਤਾ ਕੀ ਆ ਉਹਦੇ ਨਾਲ ਆਪਣਾ ਸਾਡਾ। ਇਸ ਘਰ ਦੀ ਮਾਲਕਣ ਪਹਿਲਾਂ ਤਾਂ ਤੁਸੀਂ ਸੀ ਨਾ, ਪਹਿਲਾਂ ਤਾਂ ਮੈਂ ਆ, ਹੁਣ ਵੀ ਆ ਮੈਂ ਤਾਂ। ਅਤੇ ਆ ਜਿਹੜੀ ਨਵੀਂ ਸੱਚ ਵਿਆਹ ਕੇ ਲਿਆਂਦੀ ਆ, ਇਹਦੇ ਬਾਰੇ ਵੀ ਕੀ ਦੱਸਾਂ। ਇਹਦੇ ਘਰ ਵਾਲਾ ਸੀ ਨਾ ਜਿਹੜਾ ਪਹਿਲਾਂ, ਉਹ ਤਾਂ ਬਾਲਾ ਚੰਗਾ ਸੀਗਾ, ਹੁਣ ਪਤਾ ਲੱਗਦਾ ਇਹਨਾਂ ਗੱਲਾਂ ਦਾ ਤਾਂ। ਨਾ ਹੈਗਾ ਉਹ, ਹੈਗਾ ਗਾ, ਤਲਾਕ ਦੇਤਾ। ਅੱਛਾ ਤਲਾਕ ਦੇਤਾ ਇਹਨੇ, ਦਿੱਤਾ ਤਲਾਕ ਉਹਨੇ ਨੀ ਦਿੱਤਾ ਗਾ। ਅੱਛਾ ਇਹਨੇ ਦਿੱਤਾ। ਇਹ ਆਪ ਬਾਹਰ ਅੰਦਰ ਫਿਰਦੀ ਰਹਿੰਦੀ ਸੀ, ਉਹ ਰੋਕਦਾ ਸੀਗਾ, ਤੇ ਆਪਦੀ ਸੱਸ ਨੂੰ ਇੰਨਾ ਜ਼ਿਆਦਾ ਕੁੱਟਦੀ ਹੁੰਦੀ ਸੀ। ਆ ਗੱਲ ਤਾਂ ਸੁਣੀ ਨੀ ਮੈਂ ਤਾਂ, ਬਥੇਰਾ ਕੁਛ ਕਰਦਾ। ਇਹਦਾ ਦੀ ਉਹ ਕੁੱਟਮਾਰ ਕਰਦਾ ਸੀ ਮੇਰੀ। ਕਾਹਨੂੰ ਕੁੱਟਮਾਰ, ਊਂ ਹੀ ਪਤਾ ਹੀ ਲੱਗਦਾ ਕਿੰਨੀ ਚੱਕਮੀ ਹੈਗੀ, ਅੱਖਾਂ ਤੋਂ ਹੀ ਪਤਾ ਲੱਗਦਾ ਗਾ ਉਹਦੇ ਬੰਦੇ ਦਾ, ਤਾਂ ਊਂ ਹੀ ਪਤਾ ਲੱਗ ਜਾਂਦਾ। ਆਹ ਬੰਦੇ ਦਾ ਪਤਾ ਕਿਵੇਂ ਨਾ ਲੱਗੇ, ਜਿਹੜਾ ਪਾਰਖੂ ਬੰਦਾ ਪਰਖ ਕਰ ਲੈਂਦਾ ਵੀ ਕਿਹੋ ਜਿਹੀ ਹੈ ਇਹ। ਸਹੀ ਗੱਲ ਆ ਤਾਈ, ਕੀ ਕਰਾਂ, ਮੇਰੇ ਤੇ ਨਾ ਸਿਰ ਉੱਤੋਂ ਦੀ ਡੋਬ ਹੋਇਆ ਪਿਆ, ਪਾਣੀ ਉੱਪਰ ਦੀ ਲੰਘਦਾ ਹੁਣ। ਤਾਈ ਮੇਰੀ ਗੱਲ ਸੁਣ, ਮੇਰੇ ਬਾਰੇ ਕਿਸੇ ਨੂੰ ਦੱਸੀ ਨਾ ਵੀ ਮੈਨੂੰ ਸੋਨੀ ਨੇ ਐਂ ਕਿਹਾ ਗਾ, ਪਰ ਤੁਸੀਂ ਨਾ ਆਪਦਾ ਇਹ ਮੂੰਹ ਦੀ ਮਿੱਠੀ ਆ, ਇਹਤੇ ਵਿਸ਼ਵਾਸ ਨਾ ਕਰੀ ਬਾਲਾ। ਪੁੱਤ ਨੂੰ ਸੇਵਾ ਤਾਂ ਮੇਰੀ ਬਹੁਤ ਕਰਦੀ ਆ, ਬੇਟੀ ਨੂੰ ਚਾਹ ਖਵਾਓ, ਬੇਟੀ ਨੂੰ ਰੋਟੀ ਖਵਾਓ, ਨਹਾਉਣ ਨੂੰ ਆਪੂ ਵੀ ਨਹਾ ਲਓ ਮਾਂ, ਇਹੀ ਤਾਂ ਕੋਈ ਗੱਲ ਨੀ ਹੈਗੀ। ਤਾਈ ਆ ਜਿਹੜੀ ਸੇਵਾ ਜੀ ਕਰਦੀ ਆ ਨਾ, ਇਹੀ ਇਹਦਾ ਫਾਰਮੂਲਾ ਗਾ, ਇਸ ਨਾਲ ਹੀ ਬੰਦੇ ਨੂੰ ਮੋਹ ਲੈਂਦੀ ਆ ਇਹ। ਉਹੀ ਗੱਲ ਆ ਤੇਰੀ, ਸੁਣੀ ਤੇਰੀ ਗੱਲ ਸਹੀ ਆ, ਬਹੁਤ ਹੀ ਮਿੱਠਾ ਬੋਲਦੀ ਆ, ਬਹੁਤ ਪਿਆਰਾ ਬੋਲਦੀ ਆ, ਤੇ ਮੈਂ ਕੀ ਸਮਝਾਂ। ਆਹੋ ਜਿੱਥੇ ਪਹਿਲਾਂ ਵਿਆਹੀ ਸੀ ਨਾ ਇਹ, ਉੱਥੇ 6 ਮਹੀਨਿਆਂ ਦੇ ਵਿੱਚ ਇਹਨੇ ਆਪਦੀ ਸੱਸ ਨੂੰ, ਆਪਦੇ ਘਰ ਵਾਲੇ ਨੂੰ, ਸਾਰੇ ਪਰਿਵਾਰ ਨੂੰ, ਸਹੁਰੇ ਨੂੰ, ਪਰਿਵਾਰ ਨੂੰ ਆਪਦੀ ਮੁੱਠੀ 'ਚ ਕਰ ਲਿਆ ਸੀ ਇਹਨੇ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਤੇ ਵੀ ਇੰਨਾ ਜ਼ਿਆਦਾ ਸਾਨੂੰ ਚਾਹ ਪਾਣੀ ਫੜਾਉਂਦੀ ਆ, ਸਾਡੀ ਸੇਵਾ ਕਰਦੀ ਆ, ਸਾਰੀ ਤਨਖਾਹ ਉਹਨਾਂ ਦੇ ਹੱਥ ਤੇ ਧਰਿਆ ਕਰੇ, ਉਹਨਾਂ ਨੂੰ ਪੂਰਾ ਵਿਸ਼ਵਾਸ ਹੋ ਗਿਆ ਵੀ ਸਾਡੀ ਨੂੰਹ ਤਾਂ ਬੜੀ ਚੰਗੀ ਆ। ਤੇ ਹੌਲੀ ਹੌਲੀ ਦਿਲ ਜਿੱਤ ਲਿਆ, ਦਿਲ ਜਿੱਤ ਲਿਆ, ਤੇ ਹੌਲੀ ਹੌਲੀ ਉਸੇ ਸੱਸ ਦੇ ਤੇ ਮੁੱਕੀਆਂ ਮਾਰਿਆ ਕਰੇ, ਐਂ ਨੀ ਪਤਾ ਕਿਹੜਾ ਚੀਜ਼ ਹੱਥ 'ਚ ਆ ਜੇ ਉਹੀ ਮਾਰਨੀ ਇਹਨੇ, ਫਿਰ ਆਪਦੇ ਘਰ ਵਾਲੇ ਨੂੰ ਵੀ ਕੁੱਟਦੀ ਸੀਗੀ। ਤਾਂ ਹੀ ਤਲਾਕ ਹੋਇਆ ਗਾ, ਰਹਿਣਾ ਨੀ ਚਾਹੁੰਦੀ ਸੀ। ਮੈਂ ਤਾਂ ਇੱਕ ਮੁੱਕੀ ਦੀ ਮਾਰ ਆ, ਮੈਂ ਤਾਂ ਨਹੀਂ ਚੱਲ ਸਕਦੀ ਉਹਦੀਆਂ ਮੁੱਕੀਆਂ ਫਿਰ। ਤੇ ਫਿਰ ਤੈਨੂੰ ਤਾਂ ਇਹ ਉਹੀ ਮਾਰ ਦੂ ਕਿਸੇ ਦਿਨ ਜਿੱਦੇ ਕੱਲੀ ਅੜ ਗਈ, ਫਿਰ ਹੁਣ ਤੂੰ ਮੈਨੂੰ ਕੋਈ ਦੱਸ ਕੀ ਕਰਾਂ। ਬਸ ਤੂੰ ਹਿਸਾਬ 'ਚ ਰਿਹਾ ਕਰੇ, ਇਹ ਤੇ ਬਾਹਲਾ ਵਿਸ਼ਵਾਸ ਨਾ ਕਰੀ। ਤੇ ਨਾਲੇ ਆ ਜੀਜੂ MLA ਸਾਹਿਬ, ਇਹ ਤਾਂ ਇੰਨੇ ਜ਼ਿਆਦਾ ਭੋਲੇ ਨੇਗੇ, ਪਹਿਲਾਂ ਰੀਤ ਤੇ ਕਿੰਨਾ ਵਿਸ਼ਵਾਸ ਕਰਦੇ ਸੀ, ਹੁਣ ਇਹ ਤੇ ਇੰਨਾ ਕਰਿਆ ਕਰਨਗੇ। ਇੱਕ ਤਾਂ ਨਾ ਮੈਨੂੰ ਆਹ ਚੀਜ਼ ਬਾਹਲੀ ਚੜ੍ਹਦੀ ਆ, ਰੀਤ ਰੀਤ ਨਹੀਂ ਕਰਨੋਂ ਹਟਦੇ ਹੈਗੇ, ਹੁਣ ਤਾਂ ਦਫਾ ਹੋ ਗਈ। ਮੈਂ ਤਾਂ ਆਈ ਗੱਲ ਕਹਿਨੀ ਆ ਵੀ ਆ ਜਿਹੜੀ ਹੁਣ ਮਿੱਠੀ ਮਾਸੀ ਆਈ ਆ, ਮਿੱਠੋ ਮਾਸੀ ਨਵੀਂ,
ਇਹ ਤੁਹਾਨੂੰ ਅਸੀਂ ਪੜ੍ਹਾ ਲੂਗੀ ਸਾਰਿਆਂ ਨੂੰ। ਚੱਲ ਕੋਈ ਨੀ ਫਿਰ ਹੁਣ ਮੈਂ ਤਾਂ ਤੇਰੇ ਪੁੱਤ ਦੀ ਗੱਲ ਕਰਦੀ ਹਾਂ ਕਿ ਉਹ ਇੰਨਾ ਜ਼ਿਆਦਾ ਨਰਮ ਹੈ। ਨਹੀਂ ਉਹ ਤਾਂ ਹਜੇ ਪਹਿਲੇ ਦਿਨ ਤੋਂ ਮੈਂ ਕੀ ਇਲਾਜ ਬਣਾਵਾਂ ਉਹਦਾ, ਹੁਣ ਹਲੇ ਤਾਈਂ ਵੀ ਜਵਾਕਾਂ ਵਾਂਗ ਸਮਝਾਉਣੀ ਆ ਵੀ ਪੁੱਤ ਐਂ ਨਾ ਕਰਿਆ ਕਰ, ਐਂ ਕਰਿਆ ਕਰ, ਐਂ ਨਾ ਕਰਿਆ ਕਰ, ਨਾ ਹੋਰ ਹੀ ਜਵਾਬ ਦੇਊਗਾ। ਉਹ ਲੈ ਉਹਨਾਂ ਨੂੰ ਬਿਠਾ ਰੱਖਿਆ ਦੋਨੇ ਜੀਆਂ ਨੂੰ, ਲੈ ਉਹ ਇੱਥੋਂ ਦੇ ਟੁਕੜਿਆਂ ਤੇ ਪੜਦੇ ਨੇ, ਲੈ ਨਾਲੇ ਲੀਡਰੀ ਕਰਦੇ ਨੇ, ਹਾਂ ਤੇਰਾ ਤੇ ਲੀਡਰੀ ਉਹ ਆਪ ਚਲਾਉਂਦੇ ਨੇ। ਪ੍ਰਧਾਨ ਐਂ ਲੱਗਦਾ ਕਿਸੇ ਦਿਨ ਨੂੰ ਮੈਨੂੰ ਬਾਹਰ ਕੱਢਣਗੇ ਤੇ ਉਹਨਾਂ ਨੂੰ ਪੱਕਾ ਹੀ ਰੱਖ ਲੈਣਗੇ। ਤਾਂ ਹੀ ਕਹਿੰਦੀ ਆ ਤਾਈ ਮਾੜਾ ਮੋਟਾ ਤੂੰ ਸੋਚਿਆ ਕਰ ਕੁਛ, ਨਾ ਇਹਨਾਂ ਤੇ ਵਿਸ਼ਵਾਸ ਕਰਿਆ ਕਰ, ਤੂੰ ਆਪਦੀ ਚਲਾਇਆ ਕਰ, ਤੇਰਾ ਤੇ ਇੱਥੇ ਕੁਛ ਵੀ ਨਹੀਂ ਹੈਗਾ। ਫਿਰ ਐਂ ਤਾਂ ਹੈਗਾ ਤਾਂ ਮੇਰਾ ਦੇਖ ਸੁਣੀ ਸਭ ਕੁਛ ਗੱਲ ਕਰ ਵੀ ਆਈਆਂ ਹੀ ਜਿਹੜੀਆਂ ਇਹੋ ਜਿਹੀਆਂ ਆਈਆਂ ਨੇ ਜਮਾਂ ਹੀ ਅਸੀਂ ਉਹ ਕਰਤੇ। ਚੱਲ ਕੋਈ ਨਾ ਤਾਈ ਮੇਰਾ ਭੁੱਲ ਕੇ ਵੀ ਨਾ ਨਾਲ ਇਹਦੀ ਵੀ ਮੈਨੂੰ ਇਹਨੇ ਦੱਸਿਆ ਸਾਰਾ ਕੁਛ। ਉਹ ਨਹੀਂ ਤੂੰ ਕਿਉਂ ਡਰਦੀ ਐ, ਮੇਰੇ ਤਾਂ ਇਹੋ ਜਿਹੀ ਆਦਤ ਹੀ ਨਹੀਂ ਇਧਰੋਂ ਸੁਣ ਕੇ ਉਧਰ ਜਾਣ ਨਾਲ। ਮੇਰੀ ਡਿਊਟੀ ਐ ਇੱਥੇ, ਡਿਊਟੀ ਹੱਲ ਜੂ ਮੇਰੀ। ਨਾ ਨਾ ਤੂੰ ਮਹਾਂ ਪਰਵਾਹ ਨਾ ਕਰ, ਮੈਂ ਦਿਨ ਚਿਰ ਜਿਉਂਦੀ ਬੈਠੇ ਤੈਨੂੰ ਕੋਈ ਹਿਲਾ ਹੀ ਨਹੀਂ ਸਕਦਾ। ਮੈਂ ਤਾਂ ਤਾਈ ਮੈਨੂੰ ਤਰਸ ਜਾਂਦਾ ਰਹਿੰਦਾ ਤੇਰਾ, ਮੈਂ ਤਾਂ ਕਰਕੇ ਦੱਸਦਾ ਤੁਹਾਨੂੰ, ਨਹੀਂ ਮੈਂ ਕਿੱਥੋਂ ਦੱਸਦੀ ਸੀਗੀ। ਚੱਲ ਬਸ ਅੱਗੇ ਵਾਸਤੇ ਵੀ ਜੇ ਕੋਈ ਗੱਲ ਹੋਈ ਨਾ ਮੈਨੂੰ ਦੱਸਿਆ ਕਰ ਪਹਿਲਾਂ, ਕੋਈ ਨਾ ਫਿਰ ਸੰਭਲ ਜਾਈਦਾ। ਬਸ ਆਪਾਂ ਇਹਨਾਂ ਦੇ ਸਾਹਮਣੇ ਨਹੀਂ ਇਕੱਠੇ ਰਹਿਣਾ, ਇੱਕੋ ਜਿਹਾ ਮਤਲਬ ਕਿ ਉਹ ਆਪਾਂ, ਹਾਂ ਠੀਕ ਹੈ ਤਾਈ, ਹਾਂ ਉਹ ਆਪਾਂ ਇੱਕੋ ਹੀ ਆ। ਹਾਂ ਤੇ ਹੋਰ ਦੱਸ, ਮੈਂ ਇਹਨਾਂ ਦੀਆਂ ਸਾਰੀਆਂ ਗੱਲਾਂ ਮਤਲਬ ਤੁਹਾਨੂੰ ਦੱਸਿਆ ਕਰੂੰਗੀ ਤੁਹਾਡੇ ਬਾਰੇ ਕੀ ਕਹਿੰਦੇ ਨੇ ਕੀ ਨਹੀਂ। ਮੈਨੂੰ ਤਾਂ ਹੁਣ ਪਤਾ ਹੀ ਆ, ਮੈਂ ਤਾਂ ਇੱਥੇ ਬੈਠੀ ਹੁੰਦੀ ਆ ਸਾਰਿਆਂ ਦੀਆਂ ਸੁਣਦੀ ਹਾਂ। ਹਾਂ ਠੀਕ ਹੈ, ਚੱਲ ਫਿਰ ਮੈਂ ਹੁਣ ਪੈਣੀ ਆ, ਮੈਂ ਤਾਂ ਦੇਖਦੀ ਕਿਤੇ ਥਾਂ ਤੋਂ ਹੈਗਾ ਪੈਣ ਨੂੰ ਕਿ ਨਹੀਂ। ਕੋਈ ਨਾ ਤਾਈ ਐਂ ਕਰ, ਮੈਂ ਤਾਂ ਕਹਿੰਦੀ ਆ ਜਾ ਏਸੀ ਵਾਲੇ ਚ ਪੈ ਜਾ ਜਾ ਕੇ, ਉਹ ਕੱਲੀ ਪੈਂਦੀ ਉਹ ਤਾਂ ਕੀ ਕੱਲੀ ਤੱਕ ਤੂੰ ਕੀ ਪੈ ਨਹੀਂ ਸਕਦੀ ਜਾ ਕੇ ਫੋਨ ਕੀਤਾ ਹੋਇਆ ਵੀ ਆ ਜਾ, ਫਿਰ ਧੁੱਪ ਚੜ ਜੂਗੀ, ਹਜੇ ਤੱਕ ਨੀ ਬੋਲ ਰਿਹਾ, ਪਤਾ ਨੀ ਕੀ ਧੁੱਪੇ ਧੁੱਪੇ ਜਾਣ ਦੀ ਆਦਤ ਪੈ ਰਹੀ ਹੈਗੀ। ਆਪਦਾ ਤਾਂ ਸਰ ਜੋ ਜਵਾਕੜੀ ਦਾ ਨੀ ਸਰਨਾ ਹੈਗਾ, ਧੁੱਪ ਲਵਗ ਜੋ ਉਹਨੂੰ ਹੋਰ, ਪਤਾ ਨੀ ਕਦੋਂ ਖਾਊਗਾ ਕਦੋਂ ਕਨਾ, ਦੋ ਘੰਟੇ ਲਾ ਦਾਦਾਗਾ ਕੱਪੜੇ ਧੋ ਕੇ, ਮੈਂ ਤਾਂ ਜਾਵਾਂ ਆਪਦੀ ਤਿਆਰੀ ਪੂਰੀ ਕਰਾਂ। ਦੇਖ ਮੈਂ ਤਾਂ ਦੇਖਿਆ ਹੀ ਸਾਰਾ ਕਮਰੇ, ਕਿਤੇ ਨੀ ਮੈਨੂੰ ਥਾਂ ਮਿਲਿਆ ਹੈਗਾ ਪੈਣ ਬੈਠਣ, ਉਹ ਸੁੱਤੀ ਪਈ, ਮੈਂ ਚੱਲ ਪਈ ਰਹਿਣ ਦੀ ਕੀ। ਲੈ ਆ ਬੈਠੀ ਆ ਮੰਮੀ, ਮੰਮੀ ਮੈਂ ਨਾ ਸੂਟ ਕੱਢਿਆ ਤਿੰਨ ਚਾਰ, ਇੱਕ ਦੋ ਤੁਸੀਂ ਸਵਾ ਲਓ, ਆ ਜਾਓ ਦੇਖ ਲਓ। ਨਾ ਨਾ ਮੈਂ ਕੀ ਕਰਨੇ ਸੂਟ, ਤੂੰ ਸਵੈ ਲਾ ਦੇ ਵਾਸਤੇ। ਕਿਉਂ ਮੈਂ, ਮੇਰੇ ਕੋਲ ਟਰੰਕ ਭਰਿਆ ਪਿਆ ਉਹੀ ਹੰਡ ਜਾਣਾ ਬਹੁਤ ਹੈ। ਠੀਕ ਹੈ ਤੇ ਤੁਸੀਂ ਕਿਉਂ ਬੁੜਬੁੜ ਜੇ ਕਰੀ ਜਾਂਦੇ ਹੋਗੇ। ਮੈਂ ਪੈਣ ਨੂੰ ਥਾਂ ਭਾ ਦੀ, ਕਿਸੇ ਕਿਸੇ ਕਮਰੇ ਚ ਥਾਂ ਨੀ ਹੈਗਾ ਵੀ ਮੈਂ ਪੈ ਜਾ। ਲੈ ਮੰਮੀ ਇੰਨੇ ਕਮਰੇ ਆ, ਥਾਂ ਕਿਉਂ ਨੀ ਹੈਗਾਗਾ। ਨਹੀਂ ਹੈਗਾ ਸਾਰੇ, ਕੋਈ ਕਿਤੇ ਕੋਈ ਕਿਵੇਂ ਪੈ, ਕੋਈ ਕਿਵੇਂ ਕਿਤੇ ਪੈ, ਆਏ ਕਿਤੇ ਮਾਮੀ ਪਈ ਹੈ, ਜਾਪੇ ਵਾਲੇ ਨੇ ਤਾਂ ਦੇਖ ਪੈਣਾ ਹੀ, ਉਹ ਤਾਂ ਮੈਨੂੰ ਪਤਾ ਉਹਨੂੰ ਕਮਰਾ ਚਾਹੀਦਾ ਹੈ ਨਾ, ਤੇ ਹੋਰ ਵੀ ਕੋਈ ਕਮਰਾ ਨੀ ਵਿਹਲਾ। ਮੰਮੀ ਫਿਰ ਕੀ ਹੋ ਗਿਆ, ਇੰਨੇ ਕਮਰੇ ਨੇ ਗੇ, ਉਧਰੋਂ ਮੰਮੀ ਆ ਰਹੇ ਆ, ਬਾਪੂ ਜੀ ਆ ਰਹੇ ਨੇ। ਉਹੀ ਤਾਂ ਮੈਂ ਕਹਿਣੀ ਆ, ਮੈਂ ਬਾਪੂ ਜੀ ਨੇ ਨਾ ਕਮਰੇ ਚ ਘਬਰਾਹਟ ਜੀ ਹੁੰਦੀ ਸੀ, ਮੈਂ ਤਾਂ ਕਰਕੇ ਕਹਿਤਾ ਵਾ ਉਹਨਾਂ ਨੂੰ ਹਾਲ ਚ ਪੈ ਜਾਓ। ਹਾਂ ਏਸੀ ਵਾਲੇ ਕਮਰੇ ਚ ਉਹਨਾਂ ਨੂੰ ਪਾਤਾ ਜਿੱਥੇ ਮੈਂ ਪੈਣੀ ਹੁੰਦੀ ਆ, ਉਹ ਪਏ ਆ ਮੌਜਾਂ ਨਾਲ। ਓਹ ਮੰਮੀ ਜੀ ਤੁਸੀਂ ਕਿਉਂ ਕਮਲੀਆਂ ਜਿਹੀਆਂ ਗੱਲਾਂ ਕਰੀ ਜਾਂਦੇ ਹੋ, ਉਹ ਤਾਂ 4 ਦਿਨ ਵਿਚਾਰੇ ਆਪਣੇ ਕੋਲ ਰਹਿਣ ਵਾਸਤੇ ਆਏ ਆ, ਜੇ ਆਪਾਂ ਨੇ ਉਹਨਾਂ ਦੀ ਕੇਅਰ ਕਰਾਂਗੇ ਹੋਰ ਕੌਣ ਕਰੂਗਾ। ਫਿਰ ਕੀ ਹੋ ਗਿਆ, ਤੁਸੀਂ ਇੱਦਾਂ ਕਰੋ ਤੁਸੀਂ ਇੱਥੇ ਮੇਰੇ ਵਾਲੇ ਰੂਮ ਚ ਆ ਕੇ ਪੈ ਜਾਓ, ਚਲੋ ਉੱਠੋ ਹਾਜੀ। ਤੇ ਤੂੰ ਕਿੱਥੇ ਪੈ ਗਈ, ਮੈਨੂੰ ਖਿੱਚੀ ਜਾਂਦੀ ਆ ਤੂੰ। ਮੰਮੀ ਲੈ ਸਾਡੀ ਕਿਉਂ ਟੈਨਸ਼ਨ ਲਈ ਆ, ਅਸੀਂ ਪੈ ਜਾਾਂਗੇ ਜਿੱਥੇ ਪੈਣਾ, ਤੁਸੀਂ ਪੈ ਜਾਓ ਆ ਕੇ, ਤੁਹਾਨੂੰ ਏਸੀ ਵਾਲਾ ਕਮਰਾ ਚਾਹੀਦਾ। ਮੇਰੀ ਗੱਲ ਸੁਣ, ਮਿਲਣ ਆਉਂਦੇ ਹੁੰਦੇ ਨੇ ਰਿਸ਼ਤੇਦਾਰ, ਮਿਲ ਕੇ ਭਗ ਜਾਂਦੇ ਨੇ, ਐਂ ਤਾਂ ਨਹੀਂ ਹੁੰਦਾ ਵੀ ਇੱਥੇ ਹੀ ਬਹਿ ਜਾਓ ਗੱਦ ਗੱਡ ਕੇ, ਮੇਰੀ ਛੋਟੀ ਜਿਹੀ ਪੋਤੀ ਹੈਗੀ। ਮੰਮੀ ਤੇ ਜੇ
ਹੌਲੀ ਬੋਲ ਮਾਂ, ਕਿਉਂ ਰੌਲਾ ਪਾਈ ਜਾਂਦੀ ਹੈਗੀ? ਪੁੱਤ ਮੈਂ ਗੱਲ ਸਹੀ ਕਹਿਣੀ, ਗਲਤ ਤਾਂ ਨਹੀਂ ਕਹਿਣੀ, ਇਹ ਕੋਈ ਧਰਮਸ਼ਾਲਾ ਤਾਂ ਹੈ ਨਹੀਂ, ਜਿਹੜਾ ਜੀ ਆਉਂਦਾ ਇੱਥੇ ਹੀ ਬਹਿ ਜਾਂਦਾ ਹੈਗਾ। ਮੰਮੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਹੋਰ ਰਹੇ ਕੀ ਹੋ? ਹੈਗਾ ਕੰਮ, ਹੋਰ ਕੀ ਹੈ, ਮੈਂ ਝੂਠ ਤਾਂ ਨਹੀਂ ਬੋਲਦੀ ਫਿਰ। ਪੁੱਤ ਤੂੰ ਗੁੱਸਾ ਨਾ ਮੈਂ, ਮੈਂ ਗੱਲ ਸਹੀ ਕਹਿਣੀ ਆ, ਹੋਰ ਉੱਪਰ ਜਵਾਬ ਰਿਹਾ, ਜੇ ਕੋਈ ਗੱਲਬਾਤ ਬਣ ਗਈ ਲੈਣੇ ਤੇ ਦੇਣੇ ਪੈ ਜਾਣਗੇ। ਮੈਂ ਆ ਗੱਲ ਤੋਂ ਡਰਦੀ ਆ, ਚਲੀ ਜਾਣਾ ਗਾ, ਤੁਹਾਨੂੰ ਦੱਸਿਆ ਤਾਂ ਹੈਗਾ ਗਾ, ਹੁਣ ਤਾਂ ਪੜ੍ਹਨੀ ਆਪਾਂ ਜਦੋਂ ਬਾਹਰ ਲਾ ਦੇਣਾ, ਆਪਾਂ ਨੂੰ ਕੀ ਟੈਨਸ਼ਨ ਹੈਗੀ? ਟੈਨਸ਼ਨ ਨਹੀਂ ਮੈਂ ਕਹਿੰਦੀ ਹੈਗੀ, ਜਿਹੜੀ ਗੱਲ ਮੈਂ ਕਹਿੰਦੀ ਉਹਨੂੰ ਤੂੰ ਸਮਝ, ਹੋਰ ਆਪਰ ਬੱਚੇ ਪਿੱਛੇ ਕਹਿੰਦੀ ਮੈਂ। ਮੰਮੀ ਸਾਰਾ ਕੁਝ ਸਮਝਿਆ ਹੋਵੇਗਾ, ਜੇ ਸਮਝਦੀ ਨਾ ਹੁਣ ਨੂੰ ਸਮਝ ਆਉਂਦੀ, ਪਰ ਤੂੰ ਮੇਰੀ ਗੱਲ ਨਹੀਂ ਸਮਝ ਸਕਦੀ। ਮੰਮੀ ਚੱਲ ਠੀਕ ਹੈ, ਮੈਨੂੰ ਨਹੀਂ ਸਮਝ ਆਉਂਦੀ ਤੇਰੀਆਂ ਤਾਂ, ਵੈਸੇ ਵੀ ਕਹਾਵਤਾਂ ਮੈਨੂੰ ਸਮਝ ਨਹੀਂ ਆਉਂਦੀਆਂ। ਚੱਲ ਐਂ ਲਾ ਲਾ, ਚੱਲ ਮੇਰੀ ਗੱਲ ਸੁਣ, ਅੱਜ ਰੋਟੀ ਖਾ ਲਾ, ਉੱਠ। ਨਹੀਂ ਮੈਨੂੰ ਤਾਂ ਭੁੱਖ ਨਹੀਂ ਹੈਗੀ। ਉੱਠ ਖੜਾ ਜਾ, ਜਦੋਂ ਭੁੱਖ ਹੋਈ ਮੈਂ ਆਪੇ ਖਾ ਲੂੰ, ਮੈਂ ਨਹੀਂ ਖਾਣੀ ਹਜੇ ਰੋਟੀ। ਕਿਉਂ, ਕੀ ਗੱਲ ਆ? ਮੈਂ ਚੱਕ ਕੇ ਖਾ ਸਕਦੀ, ਕੋਈ ਗੱਲ ਨਹੀਂ, ਤੁਰੀ ਫਿਰ ਦਿਉਂਗੀ ਮੈਂ। ਮੰਮੀ ਮੈਂ ਫੜਾਉਣੀ ਆ ਤੁਹਾਨੂੰ, ਚੱਕ ਕੇ ਖਾਣ ਵਾਲੀ ਇਹ ਚ ਕਿਹੜੀ ਗੱਲ ਆ? ਨਹੀਂ ਬਸ ਮੈਂ ਖਾ ਲੂੰਗੀ ਜਦੋਂ ਭੁੱਖ, ਤੂੰ ਮੇਰੀ ਰੋਟੀ ਦੀ ਫਿਕਰ ਨਾ ਕਰ, ਨਾ ਮੇਰੀ ਚਾਹ ਦੀ ਨਾ ਮੇਰੀ ਰੋਟੀ ਦੀ। ਮੰਮੀ ਤੁਸੀਂ ਇਦਾਂ ਕਿ ਰੋਟ ਲਈ ਜੇ ਵਿਵਹਾਰ ਕਰੀ ਜਾਂਦੇ ਮੇਰੇ ਨਾਲ, ਤੁਸੀਂ ਸਹੀ ਸਹੀ ਦੱਸੋ ਕੀ ਹੋਇਆਗਾ? ਮੈਨੂੰ ਕੁਛ ਨਹੀਂ ਹੋਇਆ, ਮੈਂ ਖਾਣੀ ਹੈ ਰੋਟੀ ਖਾ ਲੂੰਗੀ, ਤੂੰ ਮੇਰੀ ਰੋਟੀ ਦੀ ਜਮਾਂ ਨਾ ਫਿਕਰ ਕਰ, ਤੂੰ ਫਿਕਰ ਕਰ ਆਪਦੇ ਮਾਂ ਤੇ ਪਿਓ ਦੀ ਜਿਹੜੇ ਪੜ੍ਹਾਈ ਬੈਠੀ ਆ। ਲੈ ਮੰਮੀ ਤੁਸੀਂ ਕਿੱਦਾਂ ਦੀਆਂ ਗੱਲਾਂ ਲਈ ਜਾਂਦੇ, ਕਿੱਧਰ ਦੀ ਗੱਲ ਕਿੱਧਰ ਲੈ ਗਏ? ਮੈਂ ਗੱਲ ਸੱਚੀ ਕਹਿਣੀ ਆ, ਚਾਹੇ ਤੈਨੂੰ ਕੌੜੀ ਲੱਗੇ ਚਾਹੇ ਮਿੱਠੀ ਲੱਗੇ। ਮੰਮੀ ਇਹ ਤਾਂ ਤੁਹਾਡੇ ਲਈ ਗਲਤ ਗੱਲ ਹੈਗੀ, ਦੋ ਦਿਨ ਆਪਣੇ ਕੋਲ ਆਏ ਹੈਗੇ, ਜੇ ਆਪਾਂ ਉਹਨਾਂ ਨੇ ਇਦਾਂ ਕਰਾਂਗੇ ਨਾ, ਹੁਣ ਹੋਰ ਉਹਨਾਂ ਦਾ ਕੌਣ ਆ ਇੱਥੇ? ਉਹ ਫਿਰ ਜਾਪੇ 'ਚ ਹੀ ਆਉਣਾ ਸੀ, ਦੋ ਦਿਨ ਹੀ ਹੋਏ ਹਜੇ ਆਏ ਨੂੰ, ਮੈਂ ਕਿੰਨੇ ਦਿਨ ਬਾਹਰ ਵੀ ਲਾ ਆਈ ਹੈਗੀ ਆ। ਕਿੰਨੇ ਦਿਨ ਬਾਹਰ ਲਾਇਆ, ਤੁਸੀਂ ਤਾਂ ਨਾ ਹੱਦ ਕਰੀ ਜਾਂਦੇ ਹੋਗੇ, ਅਗਲੇ ਕਹਿਣਗੇ ਅਸੀਂ ਆਏ ਇਹਨਾਂ ਦੇ ਘਰ, ਇਹਨਾਂ ਦੇ ਮੂੰਹ ਬਣ ਕੇ ਦੱਸੋ, ਰਿਸ਼ਤੇਦਾਰਾਂ ਨਾਲ ਕੋਈ ਐਂ ਕਰਦਾ ਹੁੰਦਾ ਗਾ? ਕਰਦਾ ਹੁੰਦਾ ਰਿਸ਼ਤੇਦਾਰ, ਹੋਰ ਕਾਹਨੂੰ ਨੇ ਕਿਸੇ ਦੇ ਲੋਕਾਂ ਦੇ, ਜਾਪੇ 'ਚ ਤਾਂ ਨਹੀਂ ਕੋਈ ਆ ਕੇ ਬਹਿੰਦਾ ਹੁੰਦਾ, ਵੀ ਜਾਪਾ ਕਰੇ ਉਧਰੋਂ ਆ ਕੇ ਬਹਿ ਜਾਓ, ਮਿਲੋ ਤੇ ਜਾਓ ਤੁਸੀਂ, ਇਹ ਕੀ ਗੱਲ ਹੋਈ? ਗਦ ਗੱਡੀ ਬੈਠੇ ਨੇ ਅਗੇ, ਹਜੇ ਤੂੰ ਮੰਮੀ ਆਈ ਕੋ ਬੋਲਦੀ ਤੇ ਬੋਲਣਾ ਤਾਂ ਫਿਰ ਹੋਰ ਕੀ ਕਰਾਂ? ਲੈ ਕਰ ਲਓ ਗੱਲ, ਉਹਨੂੰ ਫੋਨ ਫੜਾ ਰੱਖਿਆ, ਇਹ ਤਾਂ ਕੀ ਕਹਿਣਾ ਵੀ ਨਿਗਾਹ ਘੱਟ ਜੂਗੀ, ਘੂਰਨਾ ਤਾਂ ਕੀ ਆ, ਉੱਠ ਪੁੱਤ। ਉਹਦਾ ਵਾਹ ਨਜ਼ਰ ਮੈਂ ਦੇਖਦਾ ਸੀਗਾ। ਕੀ ਦੇਖਦੇ ਸੀ ਤੁਸੀਂ? ਕਾਰਟੂਨ। ਲੈ ਕਾਰਟੂਨ, ਜਵਾਕ ਹੋਗੇ ਹਲੇ ਬੱਚਾ। ਮੈਂ ਆ ਲਓ ਖਾ ਲਓ, ਕੀ ਨਾ ਇਹਨੂੰ ਦੇਖੋ ਦਰਦ ਨੂੰ, ਇਹਦੇ ਤੇ ਖਾਈ ਲੈਣਾ, ਖਾ ਲਓ ਤੁਸੀਂ ਵੀ। ਨਹੀਂ ਨਹੀਂ ਖਾਂਦਾ, ਉਹਦਾ ਤਾਂ ਖਾਊ ਮੇਰੇ ਬੰਦੇ ਦਾ, ਉਹਦਾ ਤਾਂ ਮੇਰੇ ਸਾਰੇ ਪੀਸ ਗਣ ਕੇ ਖਾ ਜੀ। ਚੰਗਾ ਪੁੱਤ, ਇੱਕ ਤਾਂ ਨਾ ਇਹਨਾਂ ਨੇ ਬੜਾ ਤੰਗ ਕਰ ਰੱਖਿਆ, ਇਹ ਕੀ ਕਰਾਂ ਹੁਣ? ਮੇਰੀ ਗੱਲ ਸੁਣੋ, ਮੰਮੀ ਨੂੰ ਕੀ ਹੋ ਰਿਹਾ ਹੈਗਾ? ਕੀ ਹੋ ਗਿਆ? ਓਕੇ ਕੀ ਹੋ ਗਿਆ? ਕਹਿੰਦੀ ਮੈਂ ਕਿੱਥੇ ਪਵਾਂ, ਮੰਮੀ ਉੱਚੀ ਉੱਚੀ ਬੋਲਣ ਲੱਗੀ, ਬੇਜਰੂਸ ਕੱਢੀ ਜਾਂਦੇ ਨੇ ਮੰਮੀ, ਕਹਿੰਦੀ ਇੱਥੇ ਆ ਕੇ ਗੱਦ ਗੱਡ ਕੇ ਬਹਿ ਗਏ, ਕਹਿੰਦੀ ਇੱਕ ਦੋ ਦਿਨ ਹੁੰਦਾ ਗਾ ਸਾਰੇ, ਕਹਿੰਦੀ ਕਮਰੇ ਰੋਕ ਕੇ ਬੈਠੇ ਆ, ਮੈਂ ਕਿੱਧਰ ਪਵਾਂ? ਮੰਮੀ ਨੂੰ ਮਾੜਾ ਮੋਟਾ ਸਮਝਾਓ ਨਾ ਤੁਸੀਂ। ਉਹ ਨਹੀਂ, ਇਹ ਤਾਂ ਜਿਹੜੀ ਗੱਲ ਦੇ ਮਗਰ ਪੈ ਜੇ ਚੱਲੀ ਵੀ ਉਹ ਤਾਂ ਹੁਣ ਉਹਦੀ ਚਾਬੀ ਨਹੀਂ ਬੰਦ ਹੁੰਦੀ, ਉਹ ਤਾਂ ਅੱਗੇ ਮੇਰੇ ਨਾਲ ਬਥੇਰਾ ਉਸ ਕਰਕੇ ਉਹਨੂੰ ਕਿਹਾ ਸੀ ਮੈਂ ਤੂੰ ਇੱਥੇ ਪੈ ਜਾ। ਮੈਂ ਕਿਹਾ ਸੀਗਾ, ਮੈਂ ਵੀ ਕਿਹਾ ਸੀ, ਪਤਾ ਨਹੀਂ ਕਿੱਥੋਂ ਕਿੱਥੋਂ ਬੋਲੀ ਜਾਂਦੇ ਮੰਮੀ ਤਾਂ, ਮੈਨੂੰ ਕਹਿੰਦੀ ਮੇਰੀ ਰੋਟੀ ਦਾ ਫਿਕਰ ਨਾ ਕਰਿਆ ਕਰ, ਮੈਂ ਆਪੇ ਚਾ ਕੇ ਖਾ ਲੂੰ। ਥਾਂ ਥੋੜਾ ਫੇਰ ਨਹੀਂ ਥਾਂ ਪੂਰਾ ਹੁੰਦਾ, ਹੁਣ ਤਾਂ ਭਾਵੇਂ 100 ਬੰਦਾ ਹੋਰ ਆ ਜੇ, ਤਾਂ ਚਵਾਰਾ ਪਿਆ। ਮੈਂ ਪਵਾਂ ਕਿੱਥੇ, ਜਗ੍ਹਾ ਹੀ ਨਹੀਂ ਹੈਗੀ। ਕਾਹਨੂੰ ਜਾਣ ਬੁੱਝ ਕੇ ਕਹਿੰਦੀ ਸਾਰਾ ਕੁਛ, ਪਤਾ ਨਹੀਂ ਕਿਹਨੇ ਕੁਛ ਕਹਿਤਾ, ਇਹਨੂੰ ਵੀ ਵਿੜਕ ਕਰਨੀ ਪਊਗੀ, ਕੋਈ ਨਾ ਕੋਈ ਨੂੰ ਚਾਬੀ ਕਸੀ ਜਾਂਦਾ, ਮੈਨੂੰ ਪੱਕਾ ਪਤਾ, ਉਹ ਐਂ ਬੋਲਦੀ ਨਹੀਂ ਹੁੰਦੀ। ਮੈਨੂੰ ਮੈਨੂੰ ਵੀ ਕਹਿਤਾ, ਕਹਿੰਦੇ ਮੇਰੀ ਰੋਟੀ ਤੇ ਫਿਕਰ ਨਾ ਕਰ, ਮੈਂ ਤਾਂ ਆਪੇ ਚੱਕ ਕੇ ਖਾ ਲੂੰ।
ਬਸ ਐਂ ਕਰਦੇ ਹੁੰਦੇ ਜਦੋਂ ਤੜੰਗ ਹੋ ਜਾਏ। ਮੈਂ ਦੇਖਿਆ ਗਾ ਇਹਨੂੰ, ਮੈਂ ਤਾਂ ਕੁਛ ਵੀ ਨਹੀਂ ਕਿਹਾ, ਮੇਰੇ ਨਾਲ ਕਾਹਦਾ ਗੁੱਸਾ। ਓਹੋ, ਮੈਂ ਤੈਨੂੰ ਤਾਂ ਨਹੀਂ ਕਹਿੰਦਾ ਵੀ ਤੂੰ ਕਿਹਾ, ਇਹ ਤਾਂ ਮਤੀ ਇਹੋ ਜਿਹਾ ਗਾ ਭਾਜੀ, ਉਹ ਗੱਲ ਇਹਦੇ ਦਿਮਾਗ 'ਚ ਆਜੇ ਕੋਈ, ਬਸ ਐਂ ਗਲਤੀ ਹੁੰਦੀ ਹੈ, ਆਪੇ ਠੀਕ ਹੋ ਜਾਊਗੀ। ਕਦੀ ਜਾਣਾ ਗੱਲ ਤਾਂ ਕਰੋ, ਜੇ ਮੰਮੀ ਡੈਡੀ ਨੂੰ ਕਹਿੰਦੀ ਤੂੰ ਆਪਦੇ ਮੰਮੀ ਡੈਡੀ ਦੀ ਸੇਵਾ ਕਰ ਜਾ ਕੇ ਲੈ, ਹੁਣ ਦੱਸ ਉਹਨਾਂ ਨੂੰ ਮੈਂ ਕੀ ਕਵਾਂ, ਮੈਂ ਕਹਿ ਸਕਦੀ ਉਹਨਾਂ ਨੂੰ ਕੁਛ? ਬਸ ਕਿਹਦਾ ਕਹਿ ਦਿਆ ਕਰ, ਤੇਰਾ ਫਰਜ਼ ਬਣਦਾ ਗਾ, ਉਦੋਂ ਬਾਅਦ ਬਸ ਚੁੱਪ ਕਰ ਜਾ ਕਰ, ਜਿਵੇਂ ਕਰਦੇ ਕਰੀ ਜਾਣਦੇ ਬਸ। ਤੂੰ ਇਹ ਹੁਣ ਬਾਪੂ ਜੀ ਨੂੰ ਅੱਖਾਂ ਦਿਖਾਉਣ ਲੈ ਕੇ ਜਾਣਾ ਸੀ, ਉਦੋਂ ਵੀ ਕਲੇਸ ਕਰੂਗੀ, ਦੇਖ ਲਿਓ ਤੁਸੀਂ। ਤੇ ਤੂੰ ਆਪਦੇ ਦਿਮਾਗ ਤੇ ਬੋਝ ਨਾ ਪਾ, ਬਸ ਬਸ ਆਪਾਂ ਕੀ ਲੈਣਾ ਕਰੀ ਜਾਣਦੇ ਬਸ। ਬੋਝ ਤਾਂ ਮੈਂ ਨਹੀਂ ਪਾਉਂਦੀ, ਤੁਹਾਨੂੰ ਪਤਾ ਪੁਰਾਣੇ ਬਜ਼ੁਰਗਾਂ ਦਾ, ਫਿਰ ਕਹਿਣਗੇ ਮੇਰੀ ਗੱਲ ਨਹੀਂ ਸੁਣਦੇ ਹੈਗੇ, ਮੈਂ ਵੀ ਬੋਲੀ ਜਾਂਦੀ ਹਾਂ ਬੈਠੀ ਇੱਥੇ। ਜਿੱਦਾਂ ਮਰਜ਼ੀ ਇਹੋ ਕਰੀ ਗੱਲ ਆ, ਤੁਹਾਨੂੰ ਬਣਾ ਦਾਂ ਚਾਹ ਹੁਣ ਫਿਰ ਬਣਾ ਲਓ, ਬਣਾ ਲਓ। ਮਾਸੀ ਦਾ ਲਿਆਈ ਹੋਈ ਨਹੀਂ ਹੈਗੀ ਅੱਜ, ਮਾਸੀ ਬਾਗੀ ਹੋ ਕਿਸੇ ਪਾਸੇ ਗਈ ਹੋਣੀ ਹੈਗੀ, ਤਾਂ ਨਹੀਂ ਹੋਈ ਆ। ਅੱਜ ਮਨੂ ਦਾ ਤਾਂ ਨਹੀਂ ਫੋਨ ਆਇਆ, ਪਹੁੰਚ ਗਈ? ਪਹੁੰਚੀ ਨਹੀਂ, ਮਨੂ ਤਾਂ ਫੋਨ ਆਇਆ ਸੀ, ਮੈਂ ਦੱਸਣਾ ਭੁੱਲ ਗਈ, ਉਹ ਪਹੁੰਚ ਗਈ ਸੀਗੀ। ਪਹੁੰਚ ਗਈ ਤਾਂ ਠੀਕ ਆ, ਉਹ ਤਾਂ ਬੜੀ ਖੁਸ਼ ਹੈਗੀ, ਕਹਿੰਦੀ ਮੈਨੂੰ ਤਾਂ ਟਰੈਵਲ ਦਾ ਕੰਮ ਤਾਂ ਚਾਹੀਦਾ ਸੀ, ਜਾਣਾ ਆਉਣਾ ਬਸ ਇੱਦਾਂ ਹੀ ਘੁੰਮਣ ਤੇ। ਮੈਂ ਚੱਲ ਨਾਲੇ ਕੰਮ ਦਾ ਕੰਮ ਹੋ ਜੂ, ਨਾਲੇ ਤੇਰਾ ਮਨ ਪਰਚਾਵਾ ਹੋ ਜਾਇਆ ਕਰੂਗਾ। ਚਲੋ ਚੰਗੀ ਗੱਲ ਆ ਕਹਿ ਦੇ ਭਾਈ। ਚੱਲ ਲੈ ਪੁੱਤ, ਕੁਦਰਤ ਤੂੰ ਖਾ, ਮੈਂ ਤਾਂ ਕੰਮ ਨਿਬੇੜਾ। ਕੁਦਰਤ ਤੇਰੀ ਦਾਦੀ ਟੱਪੀ ਜਾਂਦੀ ਹੈ, ਦਾਦੀ ਨੂੰ ਖਵਾ ਦੀ, ਮਾੜੀ ਮੋਟੀ ਠੰਡੀ ਹੋ ਜੂਗੀ। ਚੰਗਾ, ਤੂੰ ਲੜਾਈ ਦਿਮਾਗ ਤੇ ਗੱਲ ਉਹਦੀ, ਕਹੀ ਜਾਂਦੇ ਕਹੀ ਜਾਂਦੇ। ਚੰਗਾ, ਦਾਦੀ ਕੋਲ ਵਗਦੀ ਪਲੇਟ ਲੈ ਕੇ ਉਹਨੂੰ ਕਿ ਦਾਦੀ ਖਾ ਲਾ, ਇਹ ਨਾ ਰੋਟੀ ਖਾਓ ਫਰੂਟ ਤਾਂ ਖਾ ਲੂਗੀ, ਦਾਦੀ ਪੁੱਤੀ ਖਾ ਲਿਓ ਰਲ ਕੇ। ਕਿਤੇ ਪੈਣ ਨੂੰ ਥਾਂ ਨਹੀਂ, ਸਾਰੇ ਕਮਰਾਂ 'ਚ ਜਾ ਕੇ ਦੇਖ ਕੀ ਕਰ। ਓਹੋ, ਕੀ ਹੋ ਗਿਆ ਭੈਣੇ, ਆਹ ਬੁੜਬੁੜ ਜਿਹਾ ਲੱਗ ਰਹੀ ਹੈ ਕਰਨ। ਨਹੀਂ ਹੋਰ ਕੀ ਕਰਾਂ, ਕਿਤੇ ਪੈਣ ਨੂੰ ਥਾਂ ਨਹੀਂ, ਉੱਤੋਂ ਗਰਮੀ ਦੀ ਰੁੱਤ ਹੈਗੀ, ਇੱਥੇ ਤਾਂ ਲਾੜੇ ਵਾਰੀ ਜਨ ਹੋਈ ਪਈ ਹੈ। ਤੂੰ ਮੇਰੇ ਵਾਲੇ ਕਮਰੇ 'ਚ ਆ ਜਾਂਦੀ, ਉੱਥੇ ਪੈ ਜਾਂਦੀ। ਨਹੀਂ ਉੱਥੇ ਨਿੱਕੀ ਜਿਹੀ ਜਵਾਕੜੀ ਆ, ਉੱਥੇ ਕਿਵੇਂ ਆ ਜਾਂਦੀ ਮੈਂ? ਲੈ ਉਹ ਤਾਂ ਨਿੱਕੀ ਜਿਹੀ ਜਵਾਕੜੀ ਤੈਨੂੰ ਠਾਉਣ ਲੱਗੀ ਸੀਗੀ ਵੀ ਉੱਠ ਖੜ ਮੇਰੇ ਮੰਜੇ ਤੋਂ। ਠਾਉਣ ਦੀ ਗੱਲ ਨਹੀਂ, ਬੱਚਾ ਛੋਟਾ ਹੁੰਦਾ ਨਾ, ਉਹਦਾ ਪਰਹੇਜ ਹੁੰਦਾ, ਬਾਹਰਲੇ ਬੰਦੇ ਦਾ ਮੁਸਕਿਆ ਜਾਂਦਾ ਤੇ ਉਹਦਾ ਦੇਖ, ਉਹ 'ਚੋਂ ਵਾਸਨਾ ਉਹ ਬਾਹਰਲੇ 'ਚੋਂ ਮੁਸਕ ਆਊ, ਬੱਚੇ 'ਤੇ ਅਸਰ ਪੈ ਜਾਂਦਾ। ਤੂੰ ਮੇਰੀ ਗੱਲ ਸਮਝ ਲਾ। ਤੂੰ ਤਾਂ ਕਰਦੀ ਸੀ। ਨਹੀਂ ਮੇਰਾ ਮਨ ਜਾ ਨਹੀਂ ਮੰਨੇ, ਮੈਂ ਐਵੇਂ ਜਾਗ ਪਊ, ਮੈਂ ਬੋਲੂੰਗੀ, ਜਵਾਕ ਮਾੜਾ ਜਿਹਾ ਵੀ ਨਹੀਂ ਬੋਲਣ ਦਿੰਦਾ ਹੈਗਾ। ਚੱਲ ਕੋਈ ਨਾ, ਆ ਹੁਣ ਸਾਡੇ ਵਾਲਾ ਕਮਰਾ ਵਿਹਲਾ ਹੋ ਜੂ, ਅੱਜ ਮੈਂ ਤਾਂ ਜਾਣਾ ਹੀ ਆ, ਤਿਆਰੀ ਕਰੀ ਜਾਂਦੀ ਸੀ ਮੈਂ ਤਾਂ। ਅੱਜ ਤਾਂ ਤੂੰ ਜਾਣਾ ਹੈ, ਤੇਰਾ ਆਉਣ ਦਾ ਹੀ ਹੱਕ ਨਹੀਂ ਬਣਦਾ ਸੀਗਾ ਇੱਥੇ, ਹੁਣ ਮੇਰਾ ਪੁੱਤ ਮੂੰਹ ਹਿਲਾਇਆ ਤੇ ਤੂੰ ਆ ਗਈ, ਤੇਰੇ ਕੋਈ ਹੋਰ ਭੈਣ ਭਾਈ ਹੈ ਹੀ ਨਹੀਂ ਸੀ ਸਾਂਭਣ ਵਾਲਾ ਤੈਨੂੰ? ਭੈਣ ਭਾਈ ਤਾਂ ਹੈਗੇ ਸੀ, ਫਿਰ ਅਤੇ ਅਸੀਂ ਭਾਈ ਗੁੱਸੇ ਹੁੰਦੇ ਹਾਂ, ਅਖੇ ਜੇ ਸਾਡੇ ਕੋਲੇ ਨਹੀਂ ਆਉਂਦੇ ਹੈਂ, ਅਖੇ ਤੁਸੀਂ ਸਾਡੇ ਪਹਿਲੇ ਬੋਲ ਆਉਂਦੇ ਸੀਗੇ, ਫਿਰ ਹੁਣ ਕੀ ਕਰੀਏ? ਮੈਂ ਕਿਹੜਾ ਮੇਰੇ ਭੈਣ ਭਾਈਆਂ ਨੂੰ ਡਿੱਗੀ ਸੀ, ਸੁਖਣਾ ਭਰਾ ਭਰਜਾਈ ਭੈਣਾ। ਨਹੀਂ ਉਹੀ ਤਾਂ ਮੈਂ ਕਹਿੰਦੀ, ਇਹੋ ਜਿਹਾ ਮੇਰਾ ਪੁੱਤ ਬੌਲਾ ਹੀ ਹੈ, ਤੇ ਚੱਲ ਉਹ ਤਾਂ ਉਹ, ਤੇ ਉਹ ਰੀਤ ਦੇ ਮਾਂ ਪਿਓ ਉਹ ਬੈਠੇ ਆ, ਉਹ ਕਾਹਦੇ ਵਾਸਤੇ ਬੈਠੇ ਆ ਬਾਈ? ਲੈ ਉੱਤੋਂ ਕੰਮ ਵਧਿਆ ਹੋਇਆ, ਦੇਖ ਜਾਪੇ ਦਾ ਕਿੰਨਾ ਕੰਮ ਹੁੰਦਾ। ਮੈਂ ਕਿਹੜਾ ਉਹਨਾਂ ਨੂੰ ਬਹਾਇਆ ਹੈਗਾ ਲਿਆ ਕੇ, ਉਹ ਤਾਂ ਹੁਣ ਤੁਸੀਂ ਸਮਝੋ। ਮੈਂ ਤਾਂ ਉਹ ਗੱਲ ਕਰਦੀ ਆ, ਤੂੰ ਤਾਂ ਕਾਹਨੂੰ ਬਿਠਾਏ ਹੈ, ਤਾਂ ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਬਾਈ। ਚੱਲ ਇੱਕ ਦੋ ਦਿਨ ਹੁੰਦੇ ਨੇ ਮਿਲਣ ਦੇਣ ਦੇ, ਐਂ ਥੋੜ੍ਹੀ ਜਿਹੀ ਵੀ ਉੱਥੇ ਬਹਿ ਜਾਓ। ਫਿਰ ਉਹੀ ਤਾਂ ਮੈਂ ਕਹਿੰਦੀ, ਉਹ ਤਾਂ ਐਂ ਬੈਠੇ ਨੇ ਗਦ ਗੱਡੀ। ਚੱਲ ਹੁਣ ਮੇਰਾ ਤਾਂ ਸਰਦਾ ਨਹੀਂ ਸੀ ਭਾਈ, ਜਦੋਂ ਹੁਣ ਕਹੀ ਆਇਆ, ਅੱਗੇ ਉੱਥੇ ਕੰਮੋ ਵੀ ਹੈਗੇ ਸਾਹਮਣ ਵਾਲੀ, ਤੇ ਮੇਰੀ ਮਾਂ ਵੀ ਹੈ ਸਾਹਮਣ ਵਾਲੀ, ਅੱਗੇ ਉੱਥੇ ਸਾਂਭ ਲਾਣਗੇ, ਉੱਥੇ ਆ ਜੀ ਭਾਈ। ਮਾਂ ਸਾਹਮਣ ਵਾਲੀ ਤੈਨੂੰ ਦਿਖਦੇ ਆ, ਦੋਨੇ ਗੋਡੇ ਪਏ ਹੋਏ, ਮੈਂ ਕੀ ਕਰਦੀ ਹਾਂ, ਮੈਨੂੰ ਤਾਂ ਘਰਦਾ ਨਹੀਂ ਹੁੰਦਾ ਹੈਗਾ। ਚੱਲ ਕੋਈ ਨਾ, ਤੂੰ ਗੁੱਸਾ ਨਾ ਕਰ ਭੈਣ ਜੀ, ਮੈਂ ਤਾਂ ਅੱਜ ਚੱਲੀ ਹੈਗੀ। ਚੱਲ ਮੈਂ ਤੈਨੂੰ ਜਾਣ ਨੂੰ ਨਹੀਂ ਗਈ, ਤੂੰ ਤਾਂ 10 ਦਿਨ ਚਾਹੇ ਹੋਰ ਲਾ ਲਾ, ਤੇਰੀ ਗੱਲ ਕੋਈ ਨਹੀਂ, ਗੱਲ ਤਾਂ ਮੈਂ ਉਹਨਾਂ ਦੀ ਕਰਦੀ ਹਾਂ।
ਉਹ ਕਾਹਤੋਂ ਬੈਠੇ ਨੇ ਉਰੇ? ਨਾ ਨਾ, ਆ ਜਿਹੜਾ ਟੈਂਟ ਪਾਤਾ ਨਾ ਬਹੁਤ ਵਧੀਆ ਹੈਗਾ, 10 ਦਿਨ ਕਿੱਥੇ ਆਪਦਾ ਘਰ ਹੀ ਉੱਡਦਾ ਹੈਗਾ। ਉਹ ਤਾਂ ਠੀਕ ਹੈ, ਤੂੰ ਤੈਨੂੰ ਤੇਰੇ ਤੇ ਮੈਨੂੰ ਕੋਈ ਉਹ ਨਹੀਂ ਹੈਗਾ ਕਿਉਂ ਬੈਠੀ ਹੈ, ਜਮਾਂ ਨਹੀਂ ਇਤਰਾਜ਼ ਹੈਗਾ, ਜਿਹੜੀ ਗੱਲ ਹੈ ਉਹੀ ਹੈ ਬਸ, ਮੈਨੂੰ ਗੁੱਸਾ ਇਹੀ ਹੈ ਬਸ, ਮੈਨੂੰ ਤਾਂ ਕਿਤੇ ਪੈਣ ਨੂੰ ਥਾਂ ਨਹੀਂ ਛੱਡਿਆ ਹੈਗਾ। ਏਸੀ ਵਾਲੇ ਕਮਰੇ ਸਾਰੇ ਰੁਕੇ ਪਏ ਨੇ, ਅੱਗ ਉੱਤੋਂ ਲੱਗਦੀ ਹੈ, ਇੰਨੀ ਵਰਦੀ ਹੈ। ਅੱਗ ਤਾਂ ਬਹੁਤ ਵਰਦੀ ਹੈ, ਕੀ ਕਰੀਏ, ਆ ਦਿਨੋ ਦਿਨ ਗਰਮੀ ਵਾਲੀ ਹੋਈ ਜਾਂਦੀ ਹੈ, ਇੱਕ ਰੱਬ ਮੀਂਹ ਨਹੀਂ ਪਾਉਂਦਾ ਹੈਗਾ। ਉਹੀ ਤਾਂ ਗੱਲ ਹੈ, ਰੋਣਾ ਤਾਂ ਇਸੇ ਗੱਲ ਦਾ ਹੈ। ਚੱਲ ਕੋਈ ਨਾ, ਮੈਂ ਤਾਂ ਜਾਂਦੀ, ਮੈਂ ਤਾਂ ਤਿਆਰੀ ਕਰੀ ਜਾਂਦੀ ਸੀਗੀ, ਮੈਂ ਆਖਿਆ ਪਤਾ ਨਹੀਂ ਭੈਣ ਜੀ ਕਾਹਤੋਂ ਬੋਲੀ ਜਾ ਰਹੀ ਹੈਗੀ। ਅੱਜ ਜਾਣਾ ਸੱਚੀ? ਹਾਂ ਮੈਂ ਤਾਂ ਜਾਣਾ ਹੈਗਾ ਬਸ। ਮੈਂ ਆਈ ਸੀਗੀ, ਲੱਗ ਜਾਂਦਾ ਸਵਾਈ ਉਹਨੂੰ, ਫੇਰ ਵਗ ਜਾਂਦੇ। ਨਾ ਕੋਈ ਨਾ, ਹੁਣ ਦੱਸਦੇ ਨਹੀਂ ਘੱਟ ਨੇ। ਨਹੀਂ ਕੋਈ ਨਹੀਂ, ਤੁਸੀਂ ਨੇ 20 ਦਿਨਾਂ ਦੀ ਕਰਾਤੀ, ਇਹੀ ਬਹੁਤ ਹੈ, ਹੁਣ ਜਾ ਕੇ ਆਪਦੇ ਕੰਮ ਕਾਰ ਵੀ ਸਾਹਮਣੇ ਨੇ। ਚੱਲ ਭਾਈ, ਉਹ ਤਾਂ ਤੇਰੀ ਮਰਜ਼ੀ ਹੈ, ਵੈਸੇ ਮੈਂ ਤਾਂ ਤੈਨੂੰ ਐਂ ਕਹਿੰਦੀ ਹਾਂ ਵੀ ਲੱਗ ਜਾਣ ਦੇਣੀ ਸਵਾਈ ਤਾਂ, ਕੋਈ ਗੱਲ। ਚੱਲ ਕੋਈ ਨਾ, ਸਵਾਈ ਨੂੰ ਕੀ ਹੈ, ਜਦੋਂ ਜਾਪੀ ਹਸਪਤਾਲਾਂ 'ਚ ਹੋਣ ਲੱਗ ਗਏ, ਹੁਣ ਵਹਿਮ ਵੀ ਕਾਹਦੇ ਨੇਗੇ। ਤੇ ਅੱਜ ਆਊਗਾ ਫਿਰ ਭਾਜੀ? ਹਾਂ ਹਾਂ, ਬਸ ਉਹ ਆ ਜਾਣਗੇ ਅੱਜ। ਗੱਡੀ ਲੈ ਕੇ ਆਊਗਾ? ਕੀ ਪਤਾ ਕਾਹਦੇ 'ਤੇ ਆਊਗਾ, ਕੋਈ ਪਤਾ ਨਹੀਂ, ਉਹ ਤਾਂ ਅੱਜ ਤੋਂ ਪਤਾ ਲੱਗੂਗਾ। ਫਿਰ ਆਇਆ ਨਾ ਬੱਚਾ, ਐਡੇ ਐਡੇ ਕੁ ਬੱਚੇ ਨੂੰ ਜੇ ਮੋਟਰਸਾਈਕਲ 'ਤੇ ਲੈ ਕੇ ਜਾਊਂਗੇ, ਜਵਾਕ ਦਾ ਢਿੱਡ ਬੁੜਕਦਾ ਅਤੇ ਨਾੜਾਂ ਦੁਖਣ ਲੱਗ ਜਾਂਦੀਆਂ, ਪੇਟ ਦੀਆਂ ਨਾੜਾਂ ਕਿੰਨੀਆਂ ਕੁ ਹੁੰਦੀਆਂ, ਕਿੰਨਾ ਕੋਮਲ ਹੁੰਦਾ ਬੱਚਾ, ਫੁੱਲ ਵਰਗਾ ਹੀ ਹੁੰਦਾ। ਚੱਲ ਕੋਈ ਨਹੀਂ, ਮੈਂ ਤਾਂ ਬੈਗ 'ਚ ਕੱਪੜੇ ਪਾਈ ਜਾਂਦੀ ਸੀ, ਤੁਸੀਂ ਬੋਲੀ ਜਾਂਦੇ ਸੀ, ਮੈਂ ਪਤਾ ਨਹੀਂ ਕਾਹਤੋਂ ਬੋਲੀ ਜਾ ਰਹੇ ਨੇ ਗੇ। ਬਸ ਆ ਜਾਓ ਤੁਸੀਂ ਉੱਥੇ। ਆਉਣੀ ਹੈ ਕੋਈ ਉੱਥੇ? ਆਉਣੀ? ਚੱਲ ਠੀਕ ਹੈ, ਮੈਂ ਤੇਰੇ ਵਾਲੇ ਕਮਰੇ 'ਚ ਹੀ ਆਉਂਦੀ ਹਾਂ। ਹਾਂ ਉੱਥੇ ਆ ਜਾਓ, ਮੈਂ ਤਾਂ 1-2 ਸੂਟ ਰਹਿ ਗਏ ਸੀ ਪਾਉਣ ਵਾਲੇ, ਪਹਿਲਾਂ ਗੁੜੀਆ ਦੇ ਪੈਕ ਕਰਕੇ ਹਟੀਆਂ ਕੱਪੜੇ, ਮੈਂ ਭੁੱਲ ਨਾ ਜਾਵਾਂ। ਅੱਛਾ, ਪਾਤੇ ਹੈ? ਹੋਰ ਉਹਦੇ ਤਾਂ ਪਾਤੇ, ਆਪਦੇ ਪਾਈ ਜਾਂਦੀ ਸੀ। ਚੱਲ ਠੀਕ ਹੈ, ਉੱਥੇ ਆ ਜਾਓ। ਚੰਗਾ ਚੰਗਾ, ਠੀਕ ਲੈ ਦੇਖ ਲਓ, ਇਹਨੂੰ ਤਾਂ ਸਮਾਂ ਮੈਂ ਕਹਿੰਦੀ 10 ਦਿਨ ਲਾ ਦੇ, ਉਹ ਨਾ ਹੀ ਨਹੀਂ ਲੈਂਦੇ ਜਾਣ ਦਾ, ਦੋਨੇ ਜੀ ਐਂ ਬਣੇ ਬੈਠੇ ਨੇ ਪ੍ਰਾਹੁਣੇ ਸਾਡੇ। ਭਾਗ 255 ਚੰਨੀ ਵਾਲਿਆਂ ਵਾਲੀ ਚੈਨਲ 'ਤੇ 1 ਵਜੇ ਆਊਗਾ, ਜ਼ਰੂਰ ਦੇਖਿਓ ਜੀ। ਸਾਰਿਆਂ ਦਾ ਧੰਨਵਾਦ ਜੀ।